ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਹਾਂ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਭਲਕਾਰ ਸਿੰਘ ਹਾਂਜੀ ਪੰਜਾਬ ਮੇਲ ਯੂਐਸਏ ਟੀਵੀ ਚੈਨਲ ਦੇ ਪਿਆਰੇ ਦਰਸ਼ਕੋ ਨਿੱਗੀ ਜਿਆਨੋ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਨਾਲ ਬੈਠੇ ਨੇ ਸੰਜੀਵ ਜਸ਼ ਖੰਨਾ ਜੀ ਔਰ ਅਸੀਂ ਤੁਹਾਡੇ ਨਾਲ ਇਸ ਗੱਲ ਤੇ ਵੀ ਹਾਰਦਿਕ ਵਧਾਈ ਦਵਾਂਗੇ ਕਿ ਅੱਜ ਦਿਵਾਲੀ ਦਾ ਸ਼ੁਭ ਤਿਹਾਰ ਹੈ ਉਦੀਆਂ ਮੁਬਾਰਕਾਂ ਅਸੀਂ ਤੁਹਾਡੇ ਨਾਲ ਵੰਡਦੇ ਹਾਂ ਸਾਂਝ ਪਾਉਂਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਇਸ ਵੱਡੇ ਤਿਉਹਾਰ ਵਿੱਚ ਤੁਸੀਂ ਖੁਸ਼ੀਆਂ ਮਨਾਓ ਔਰ ਇਹ ਦੀਪavali ਦਾ ਤਿਉਹਾਰ ਸਾਰੇ ਭਾਰਤ ਵਿੱਚ ਔਰ ਪੂਰੀ ਦੁਨੀਆ ਵਿੱਚ ਲੋਕ ਖੁਸ਼ੀ ਨਾਲ ਮਨਾਉਂਦੇ ਆ ਔਰ ਇਸ ਦੇ ਪਿੱਛੇ ਬੜਾ ਵੱਡਾ ਇਤਿਹਾਸ ਵੀ ਹੈ ਕਿ ਸ੍ਰੀ ਰਾਮਚੰਦਰ ਜੀ ਜੁਦਿਆ ਚ ਇਸ ਦਿਨ ਆਏ ਸੀ ਔਰ ਉੱਥੇ 14 ਸਾਲ ਦੇ ਬਨਵਾਸ ਤੋਂ ਬਾਅਦ ਲੋਕਾਂ ਨੇ ਦੀਪਮਾਲਾ ਕੀਤੀ ਖੁਸ਼ੀਆਂ ਮਨਾਈਆਂ ਤੇ ਉਹ ਪਰੰਪਰਾ ਅਜੇ ਵੀ ਸਾਡੇ ਨਾਲ ਚੱਲਦੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਚੋਂ ਹਰਿਆ ਹੋ ਕੇ ਬਵਿੰਜਾ ਰਾਜਿਆਂ ਨਾਲ ਵਾਪਸ ਅੰਮ੍ਰਿਤਸਰ ਪਹੁੰਚੇ ਸੀ ਉਹਨਾਂ ਦੀ ਖੁਸ਼ੀ ਚ ਲੋਕਾਂ ਨੇ ਦੀਪਮਾਲਾ ਕੀਤੀ ਔਰ ਉਹ ਦੀਪਮਾਲਾ ਨੂੰ ਅਜੇ ਵੀ ਲੋਕ ਇਸ ਮੌਕੇ ਤੇ ਯਾਦ ਰੱਖਦੇ ਨੇ ਔਰ ਦੀਵਾਲੀ ਦੇ ਦਿਨ ਉਸੇ ਤਰ੍ਹਾਂ ਉਸ ਦਿਨ ਨੂੰ ਮਨਾਉਂਦੇ ਨੇ ਖੁਸ਼ੀਆਂ ਨਾਲ ਮਨਾਉਂਦੇ ਨੇ ਔਰ ਲੋਕਾਂ ਨਾਲ ਮਠਿਆਈਆਂ ਦੀ ਸਾਂਝ ਹੈ ਔਰ ਵਿਚਾਰਾਂ ਦੀ ਸਾਂਝ ਹੈ ਔਰ ਨਿਗਤ ਪਿਆਰ ਦੀ ਸਾਂਝ ਹੈ ਇਤਿਹਾਸ ਦੀ ਔਰ ਤੁਸੀਂ ਜਿਹੜਾ ਵੀ ਘਰ ਵੇਖੋਗੇ ਸੱਜਿਆ ਸਵਾਰਿਆ ਘਰ ਆ ਔਰ ਉਹਦੇ ਘਰ ਦੇ ਉੱਪਰ ਤੁਹਾਨੂੰ ਪੂਰੀਆਂ ਲਾਈਟਾਂ ਜਗਣਗੀਆਂ ਇਹਨੂੰ ਤਦੇ ਦੀਵਿਆਂ ਦਾ ਤਿਉਹਾਰ ਕਹਿੰਦੇ ਨੇ ਦੀਵਾਲੀ ਕਹਿੰਦੇ ਨੇ ਤੇ ਤਦੇ ਕਹਿੰਦੇ ਨੇ ਕਿ ਦੀਵਾਲੀ ਅੰਬਰ ਸਰਦੀ ਤੇ ਸਾਰੇ ਜੱਗ ਵਿੱਚ ਇਹ ਦੀਵਾਲੀ ਅੰਬਰ ਸਰਦੀ ਇਸੇ ਕਰਕੇ ਇਤਿਹਾਸ ਨਾਲ ਜੁੜੀ ਹੈ ਤੇ ਮੈਂ ਹੁਣ ਗੁਜਾਰਿਸ਼ ਕਰਾਂਗਾ ਸੰਜੀਬ ਖਾਨਾ ਜੀ ਨੂੰ ਕਿ ਉਹ ਵੀ ਸਾ ਦੱਸੋ ਕਿ ਜਿਹੜਾ ਇਹ ਵਿਸ਼ੇ ਤੇ ਲੋਕ ਚਾਹੁੰਦੇ ਨੇ ਕਿ ਉਹ ਉਹਨਾਂ ਨੂੰ ਸਾਂਝ ਪਾਈ ਜਾਵੇ। ਦਾਲ ਰੋਟੀ ਕਰਦੀ ਦੀਵਾਲੀ ਅੰਬਰ ਸ਼ਰਦੀ ਤੁਸੀਂ ਦੱਸ ਹੀ ਦਿੱਤਾ। ਜੀ ਤੇ ਮੈਂ ਦਰਸ਼ਕਾਂ ਨੂੰ ਦੱਸਾਂਗਾ ਕਿ ਦੀਵਾਲੀ ਦੇ ਮੌਕੇ ਤੇ ਬਲਕਾਰ ਜੀ ਸਾਡੇ ਸਾਰਿਆਂ ਵਾਸਤੇ ਮਠਾਈ ਲੈ ਕੇ ਆਏ ਨੇ ਸਾਡਾ ਸਾਰਾ ਸਟਾਫ ਮਠਾਈ ਖਾ ਰਿਹਾ ਔਰ ਖੂਬ ਆਨੰਦ ਮਾਨ ਰਿਹਾ ਤੇ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਖਬਰਾਂ ਵੀ ਸ਼ੁਰੂ ਕਰੀਏ ਨਾ ਉਹ ਮਠਾਈ ਵਰਗੀਆਂ ਮਿੱਠੀਆਂ-ਮਿੱਠੀਆਂ ਹੀ ਹੋਣ ਤੇ ਉੱਥੋਂ ਅਸੀਂ ਆਪਣੀ ਖਬਰ ਸ਼ੁਰੂ ਕਰਦੇ ਆ ਪਹਿਲਾਂ ਆਪਾਂ ਚਲਦੇ ਆ ਇੰਗਲੈਂਡ ਕਿਆ ਬਾਤ ਰਿਸ਼ੀ ਸੂਨਕ ਜੀ ਦੀ ਗੱਲ ਕਰਦੇ ਆ ਕਿ ਮੁਰ ਤੋਂ ਉਹ ਸ਼ਾਮਿਲ ਹੋ ਗਏ ਨੇ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਤੇ 100 ਤੋਂ ਵੱਧ ਜਿਹੜੇ ਉੱਥੇ ਮੈਂਬਰ ਨੇ ਨੇਤਾ ਨੇ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਸਾਥ ਪ੍ਰਾਪਤ ਹੋ ਗਿਆ ਅਸੀਂ ਫਿਰ ਤੋਂ ਇਹ ਗੱਲ ਕਰਨ ਲੱਗ ਲੱਗ ਪਏ ਆ ਕਿ ਰਿਸ਼ੀ ਸੂਨਕ ਪ੍ਰਾਈਮ ਮਿਨਿਸਟਰ ਬਣਨ ব্রিটੇਨ ਦੇ ਸਾਨੂੰ ਖੁਸ਼ੀ ਹੋਏਗੀ ਪਰ ਨਾਲ ਦੀ ਨਾਲ ਜਿਹੜੀਆਂ ਚੁਣੌਤੀਆਂ ਨੇ ਉਹ ਵੀ ਸਾਨੂੰ ਪਤਾ ਨੇ ਕਿ ਕਿ ਚੁਣੌਤੀਆਂ ਕੀ ਹੋ ਸਕਦੀਆਂ ਨੇ ਅੱਗੇ ਅੱਪਾ ਚੱਲਦੇ ਆ ਜੀ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਬੰਦੀ ਛੋੜ ਸੂਬਾ ਪਦਰੀ ਮਾਰਚ ਕੱਢਿਆ ਤੇ ਬਾਅਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਹੁਣ ਇੱਕ ਖਬਰ ਬਿਲਕਿਸ ਬਾਨੋ ਕੇਸ ਦੇ ਨਾਲ ਵੀ ਜੁੜਦੀ ਹੈ ਇਨਡਾਇਰੈਕਟਲੀ ਕਿ ਉੱਥੇ 11 ਬੰਦੇ ਰਿਹਾਈ ਕਰ ਦਿੱਤੇ ਗਏ ਤੇ ਇੱਥੇ ਬੰਦੀ ਸਿੰਘ ਹਜੇ ਵੀ ਜੇਲ੍ਹਾਂ 'ਚ ਨੇ ਬਿਲਕੁਲ ਸਹੀ ਤੁਹਾਡੀ ਗੱਲ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਉਹਨਾਂ ਨੇ ਮਹਿੰਮਤੀ ਮਾਰਚ ਕੱਢਿਆ ਔਰ ਅਮਰਸਰ ਦੇ ਸਾਰੀਆਂ ਗਲੀਆਂ ਮਹੱਲਾਂ 'ਚ ਘੁੰਮੇ ਔਰ ਔਰ ਉਹਨਾਂ ਨੇ ਨਾਰੇ ਵੀ ਲਾਏ ਕਿ ਉਹਨਾਂ ਬੰਦੀਆਂ ਨੂੰ ਜਿਹੜੇ ਬੰਦੀ ਬੈਠੇ ਨੇ ਸਾਡੇ ਰਿਆ ਨਹੀਂ ਹੋ ਰਹੇ ਜਿਨ੍ਹਾਂ ਨੇ ਆਪਣੀ ਸਜ਼ਾ ਪੂਕਤ ਲਈ ਆ ਉਹਨਾਂ ਨੂੰ ਕਿਉਂ ਨਹੀਂ ਰਿਆ ਕੀਤਾ ਜਾਂਦਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਦੀਵਾਲੀ ਦਾ ਮੌਕਾ ਆ ਗਿਆ ਪਿਛਲੀ ਵਾਰ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਹਾ ਸੀਗਾ ਕਰਮ ਮੰਤਰੀ ਸਾਹਿਬ ਨੂੰ ਮਿਲੇ ਸੀਗੇ ਜਾਂ ਸ਼ਰੂਨੀ ਕਮੇਟੀ ਦਲ ਦੇ ਸਾਰੇ ਮੈਂਬਰ ਔਰ ਉਹਨਾਂ ਨੇ ਇਹ ਕਿਹਾ ਕਿ ਹੁਣ ਜੇ ਉਹਨਾਂ ਨੂੰ ਛੱਡਿਆ ਜਾਵੇ ਤੇ ਮੌਕਾ ਬਹੁਤ ਵੱਡਾ ਜਦੋਂ ਕਿ ਸ਼ੇਵੇ ਪਾਚਾ ਸ੍ਰੀ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਮੁਕਤ ਹੋ ਕੇ ਆਗੇ ਸੀ ਜਿੱਦ ਚ ਅਠਾਨ ਸੀਗੀ ਜਿਹੜੀ ਉਹ ਹਕੂਮਤ ਸੀਗੀ ਮੁਗਲ ਹਕੂਮਤ ਨੇ ਇਹਨਾਂ ਨੂੰ ਕੈਦ ਕੀਤਾ ਸੀਗਾ ਫਿਰ ਜਦੋਂ ਗੁਰੂ ਸਾਹਿਬ ਬਾਹਰ ਆਉਣਾ ਸੀਗਾ ਉਹਨਾਂ ਕਹਾਂ ਕਿ ਨਾਲ ਦੇ ਮੇਰੇ ਦੂਜੇ ਕੈਦੀ ਇਹਨਾਂ ਨੂੰ ਨਾਲ ਭੇਜੋ ਉਹ ਆਂਦੇ ਹੋ ਨਹੀਂ ਸਕਦਾ ਉਹ ਕਹਿੰਦੇ ਫਿਰ ਨਹੀਂ ਹੋ ਸਕਦਾ ਤੇ ਮੈਂ ਤਾਂ ਇਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਇਹਨਾਂ ਦੀ ਸਜ਼ਾ ਪੂਰੀ ਹੋ ਗਈ ਹੈ ਮੈਂ ਜੇ ਬਾਹਰ ਆ ਰਿਹਾ ਤਾਂ ਉਹ ਆਂਦੇ ਤੁਸੀਂ ਇਦਾਂ ਕਰੋ ਜੇ ਕਰ ਸਕਦੇ ਤੇ ਆਪਣਾ ਚੂੜਾ ਬਣਾਓ ਇੱਕ ਉਹਦੇ ਚ ਅੱਗੇ ਰੱਖੋ ਕਿ ਕਿੱਥੇ ਹੱਥ ਪਾਉਂਦੇ ਉਹਨਾਂ ਨੂੰ ਤਾਂ ਪਤਾ ਨਹੀਂ 52 ਕੈਦੀ ਹਾਂ ਉਹਨਾਂ ਨੇ ਆਪਣੇ ਛੋੜਾ ਬਣਾਇਆ ਛੋੜੇ ਤੇ ਲੜੀਆਂ ਬਣਾ ਲਈਆਂ 52 ਉਹਨਾਂ ਦੇ ਹੱਥ ਪਾ ਲਏ ਉਹਨਾਂ ਨਾਲ ਉਹਨਾਂ ਦਾ ਨਾਲ ਨਾਲ ਚੱਲਦੇ ਚੱਲਦੇ ਉਸ ਜੇਲ੍ਹ ਚ ਜਿਹੜੀ ਗਵਾਲਰ ਦੀ ਜੇਲ੍ਹ ਆ ਉਸ ਤੋਂ ਮੁਕਤੀ ਪ੍ਰਾਪਤ ਕਰਕੇ ਬਾਹਰ ਆ ਗਏ ਔਰ ਰਿਹਾ ਹੋ ਗਏ ਫਿਰ ਗੁਰੂ ਸਾਹਿਬ ਅੰਮ੍ਰਿਤਸਰ ਆਏ ਸਿੱਦੇ ਅੰਮ੍ਰਿਤਸਰ ਆਏ ਲੋਕਾਂ ਨੇ ਦੀਪਮਾਲਾ ਕੀਤੀ ਖੁਸ਼ੀਆਂ ਮਨਾਈਆਂ ਤੇ ਉਹ ਤੋਂ ਬਾਅਦ ਇਹ ਦੀਵਾਲੀ ਨਾਲ ਜਿਹੜਾ ਇਹ ਬੰਦੀ ਛੋੜ ਦੀਵਸ ਮਨਾਇਆ ਜਾਂਦਾ ਹੁਣ ਵੀ ਇਹ ਕੱਲ ਨੂੰ ਬਹੁਤ ਤਰੀਕੇ ਨਾਲ ਮਨਾਇਆ ਜਾਊਗਾ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਹੁੰਦੀ ਆ ਦੀਪਮਾਲਾ ਹੁੰਦੀ ਆ ਜਿਸ ਤਰ੍ਹਾਂ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਛੱਟ ਕੇ ਜੁੱਧਿਆ ਚ ਆਏ ਵਾਪਸ ਲੋਕਾਂ ਨੇ ਖੁਸ਼ੀ ਮਨਾਈ ਔਰ ਦੀਪਮਾਲਾ ਕੀਤੀ ਉਹ ਪਰੰਪਰਾ ਅੱਜ ਵੀ ਚੱਲ ਰਹੀ ਹੈ ਇਸੇ ਤਰ੍ਹਾਂ ਸਿੱਖਾਂ ਚ ਵੀ ਹੈਗਾ ਕਿ ਬਿੰਜਾ ਜਿਹੜੇ ਦੂਸਰੇ ਹਿੰਦੂ ਰਾਜੇ ਨੇ ਉਹਨਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਲੋ ਬਲਕਾਰ ਜੀ ਹੁਣ ਅਗਲਾ ਮਸਲਾ ਹਾਂਜੀ ਹਾਂਜੀ ਕਿ ਅਪਾ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਡੇਰਾ ਸੱਚਾ ਸੌਤਾ ਦੇ ਜੋ ਮੁਖੀ ਨੇ ਹਮ ਰਾਮ ਰਹੀਮ ਉਹਨਾਂ ਨੂੰ ਪੈਰੋਲ ਤੇ ਛੱਡਿਆ ਗਿਆ ਤੀਜੀ ਵਾਰ ਪੈਰੋਲ ਤੇ ਆਏ ਨੇ ਔਰ ਅਕਸਰ ਇਹ ਸادیه ਗੱਲਾਂ ਹੁੰਦੀਆਂ ਨੇ ਕਿ ਜਦੋਂ ਵੀ ਇਲੈਕਸ਼ਨਸ ਦਾ ਮਾਹੌਲ ਹੁੰਦਾ ਹੈ ਉਦੋਂ ਇਹਨਾਂ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ ਤੇ ਇਹ ਆਨਲਾਈਨ ਵੀ ਸਤਸੰਗ ਕਰ ਰਹੇ ਨੇ ਔਰ ਕਿਤਨਾ ਕਿਤੇ ਇਹ ਵੀ ਸਾਡੇ ਕੋਲ ਖਬਰ ਪਹੁੰਚਦੀ ਹੈ ਕਿ VOTING ਵਾਸਤੇ ਵੀ ਕਿਤਨਾ ਕਿਤੇ ਇਹ ਸੰਦੇਸ਼ ਪਹੁੰਚਦਾ ਪਿਆ ਹੈ ਭਾਵੇਂ ਇਹਨਾਂ ਦੇ ਜਿਹੜੇ ਪੈਰੋਕਾਰ ਨੇ ਉਹ ਪੁੱਛਾਰੇ ਨੇ ਕਿਤੇ ਨਾ ਕਿਤੇ ਲੋਕਾਂ ਤੱਕ ਉਹਨਾਂ ਦੇ ਜਿਹੜੇ ਫਾਲੋਅਰਸ ਨੇ ਉਹਨਾਂ ਤੱਕ ਇਹ ਵੀ ਸੰਦੇਸ਼ ਪਹੁੰਚਦਾ ਪਿਆ ਸੋ ਨਾਲ ਦੇ ਨਾਲ ਇੱਕ ਹੋਰ ਖਬਰ ਮਿਲ ਰਹੀ ਹੈ ਕਿ ਉਹ ਇੱਕ ਨਵਾਂ ਡੇਰਾ ਇੱਕ ਡੇਰੇ ਦੀ ਨਵੀਂ ਬ੍ਰਾਂਚ ਖੋਲਣ ਦੀ ਵੀ ਵਿਉਂਤਬੰਦੀ ਹੋ ਰਹੀ ਹੈ ਇਹ ਵੀ ਪਲੈਨਿੰਗ ਹੋ ਰਹੀ ਹੈ ਔਰ ਜਿਸ ਨੂੰ ਲੈ ਕੇ ਕਾਫੀ ਵਿਰੋਧੀ ਧਿਰਾਂ ਜੜੀਆਂ ਨੇ ਉਹ ਇਸ ਦੀ ਵਿਰੋਧਤਾ ਕਰ ਰਹੀਆਂ ਨੇ ਕਿ ਨਹੀਂ ਹੋਣਾ ਚਾਹੀਦਾ ਤੇ ਸਰਕਾਰਾਂ ਨੂੰ ਵੀ ਇਹ ਗੁਜ਼ਾਰਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦੀਆਂ ਜੜੀਆਂ ਕਾਰਵਾਈਆਂ ਨੇ ਡੇਰਾ ਸੱਚਾ ਸੌਦਾ ਦੀਆਂ ਇਹਦੇ ਉੱਤੇ ਨਜ਼ਰ ਰੱਖੀ ਜਾਵੇ ਔਰ ਇਹ ਇਹ ਕਾਰਵਾਈਆਂ ਕਿਉਂ ਹੋ ਰਹੀਆਂ ਨੇ ਇਹ ਸਾਰੀ ਛਾਣਬਿੰਨ ਕੀਤੀ ਜਾ ਰਹੀ ਹੈ ਆ ਇਹ ਡੇਰਾ ਮੁਖੀ ਜਦੋਂ ਵੀ ਪਰਵਲਤੀ ਆਉਂਦੇ ਬਾਅਦ ਔਰ ਇੱਕ ਸਤਸੰਗ ਤਾਂ ਕਰਦੇ ਆ ਇਹ ਆਨਲਾਈਨ ਵੀਡੀਓ ਕਾਨਫਰੰਸ ਜਿਹਦੇ ਚ ਜਿੰਨੇ ਵੀ ਇਹਨਾਂ ਦੇ ਫਾਲੋਅਰ ਆਉ ਇਹਨਾਂ ਨੂੰ ਫਾਲੋ ਕਰਦੇ ਆਉਂਦੇ ਆ ਇਹਨਾਂ ਨਾਲ ਗੱਲਾਂ ਕਰਦੇ ਉਤੋਂ ਵੀਡੀਓ ਤੇ ਵੀ ਔਰ ਇਹਦੇ ਵਿੱਚ ਹੁਣ ਜਿਹੜਾ ਨਵਾਂ ਮਸਲਾ ਖੜਾ ਹੋ ਗਿਆ ਇਹਦੇ ਚ ਨਵਾਂ ਡੇਰਾ ਬ੍ਰਾਂਡ ਦੀ ਵਿਉਂਤ ਇਹਨਾਂ ਨੇ ਬਣਾ ਲਈ ਔਰ ਜਦੋਂ ਕਿ ਡੇਰੇ ਪੰਜਾਬ ਚ ਬਹੁਤ ਜ਼ਿਆਦੇ ਆ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਪਰ ਨਵਾਂ ਡੇਰਾ ਜਿਹੜਾ ਇਹਨਾਂ ਨੇ ਨਵਾਂ ਸ਼ੁਰੂ ਕਰ ਦਿੱਤਾ ਉੱਥੋਂ ਦੇ ਵਸਨੀਕਾਂ ਨੇ ਕਹਿਤਾ ਕਿ ਅਸੀਂ ਇਹਦੇ ਚ ਹਮਾਇਤ ਕਰਾਂਗੇ ਪੈਸਾ ਲਾਵਾਂਗੇ ਸਾਰਾ ਕੁਝ ਕਰਾਂਗੇ। ਔਰ ਇਹਦੇ ਵਿੱਚ ਬਾਕੀ ਜਿਹੜੀਆਂ ਹੋਰ ਏਜੰਸੀਆਂ ਨੇ ਉਹਨਾਂ ਦੀ ਵਿਰੋਧਤਾ ਕੀਤੀ ਆ। ਜਿਹਦੇ ਚ ਅ ਹੋਰ ਵੀ ਜਿਹੜੇ ਜਿਹਦੇ ਚ ਆਪਣੇ ਧਾਮੀ ਸਾਹਮਣੇ ਸ਼ੌਨਿਕ ਕਮੇਟੀ ਦੇ ਹੈੱਡ ਨੇ ਉਹਨਾਂ ਨੇ ਕਹਿਤਾ ਕਿ ਗਲਤ ਗੱਲ ਕੀਤੀ ਆ ਜਦੋਂ ਕਿ ਪੰਜਾਬ 'ਚ ਇਹਦੀ ਕੋਈ ਜ਼ਰੂਰਤ ਨਹੀਂ ਇਸੇ ਵਿੱਚ ਇਹਨਾਂ ਦਾ ਡੇਰਾ ਕੇ ਚੱਲ ਰਿਹਾ। ਹਸਾਰ ਦੇ ਵਿੱਚ ਔਰ ਉਹਦੇ ਵਿੱਚ ਜੇ ਨਵਾਂ ਡੇਰਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਆਪ ਇੱਥੇ ਆਣੀਗੇ ਨਾ ਤੇ ਫਿਰ ਉਹਨਾਂ 40 ਦਿਨ ਤੋਂ ਬਾਅਦ ਵਾਪਸ ਚਲ ਜਾਣਾ ਉਹਦੀ ਫਿਰ ਸਾਫ ਸੰਭਾਲ ਕੌਣ ਕਰੂਗਾ ਐਕਚੁਅਲੀ ਪਹਿਲੇ ਡੇਰੇ 'ਚ ਇਹਨਾਂ ਦੇ ਜਿਹੜੀ ਇਹਨਾਂ ਦੀ ਤਲਾਸ਼ੀ ਲਈ ਗਈ ਇਹਦੇ 'ਚ ਉਹਨਾਂ ਨੇ ਪੁਲਿਸ ਨੇ ਐਂਟਰੀ ਕੀਤੀ ਆ ਉਹਦੇ 'ਚੋਂ ਬੜਾ ਹੋਰ ਤਾਂ ਦਾ ਸਮਾਨ ਮਿਲਿਆ ਜਿਹੜਾ ਸਮਾਨ ਜਿਹੜਾ ਉਹਨਾਂ ਦੇ ਵਰਤਨਯੋਗ ਨਹੀਂ ਸ਼ਾਮ ਲੋਕਾਂ ਦੇ ਔਰ ਬਹੁਤ ਕੁਝ ਇਹਨਾਂ ਨੇ ਡਾਕੂਮੈਂਟਸ ਵੀ ਫੜੇ ਆ ਬੜਾ ਕੁਝ ਕੀਤਾ ਗਿਆ ਉਹ ਅਜੇ ਵਿਚਾਰ ਰਹੀ ਨਾ ਸਾਰਾ ਕੁਝ ਦੇਖ ਰਹੇ ਆ ਜਦੋਂ ਕਿ ਇਹਨਾਂ ਤੇ ਧਾਰਾ ਲਾ ਕੇ ਇਹਨਾਂ ਨੂੰ ਉਮਰਕਾ ਦੇ ਦਿੱਤੀ ਗਈ ਆ ਔਰ ਕਈ ਰੇਪ ਕੇਸ ਹੋਏ ਨੇ ਨਾ ਤੇ ਔਰ ਇਸ ਗੱਲ ਨੂੰ ਜਿਹੜੀ ਉਹ ਲੋਕਾਂ ਨੇ ਨਹੀਂ ਸਮਝਿਆ ਲੋਕਾਂ ਨੇ ਨਵੇਂ ਡੇਰੇ ਦੀ ਹਮਾਇਤ ਕਰ ਦਿੱਤੀ ਆ ਕਿ ਨਵਾਂ ਡੇਰਾ ਜਿਹੜਾ ਉਹ ਫਿਰ ਦੁਬਾਰਾ ਸ਼ੁਰੂ ਕੀਤਾ ਜਾਵੇ ਜਦੋਂ ਫਾਲੋਅਰ ਜਿੰਨੂ ਚੇਲੇ ਜਦੋਂ ਇਹਨਾਂ ਦੇ ਸ਼ਗਿਰਦ ਜਿਹੜੇ ਕਹਿ ਰਹੇ ਆ ਕਿ ਨਵਾਂ ਡੇਰਾ ਬਣਨਾ ਚਾਹੀਦਾ ਪਰ ਇਹਦੀ ਅਲੋਚਨਾ ਇਸ ਵੇਲੇ ਰਾਜ ਕੀ ਹੋਈ ਆ ਸਾਰੇ ਪਾਸੇ ਇਹਦੇ ਵਿੱਚ ਇੱਕ ਹੋਰ ਵੀ ਆਏ ਨੇ ਤਰਨਦੇਆਗੂ ਅਮਰਤਪਾਲ ਜੀ ਉਹਨਾਂ ਦਾ ਵੀ ਨਾਂ ਰਿਆ ਜਿਹੜੇ ਵਾਰਿਸ ਪੰਜਾਬ ਆਪਣੇ ਆਪ ਨੂੰ ਕਹਿੰਦੇ ਨੇ ਉਹਨਾਂ ਦੇ ਵਿੱਚ ਵੀ ਆ ਹਾਲਾਂਕਿ ਜੇ ਤੱਕ ਉਹਨਾਂ ਦਾ ਬਹੁਤੇ ਪੰਜਾਬ 'ਚ ਇਸ ਤਰ੍ਹਾਂ ਦਾ ਬਹੁਤ ਵੱਡਾ ਹੰਗਾਰਾ ਨਹੀਂ ਗਿਆ ਮਿਲਿਆ ਉਹਨਾਂ ਨੂੰ ਪਰ ਉਹਨਾਂ ਨੇ ਲਾਮਬੰਦ ਕੀਤਾ ਆਪਣੇ ਆਪ ਨੂੰ ਉਹਨਾਂ ਨੇ ਵੀ ਇਸ ਦੀ ਵਿਰੋਧਤਾ ਕੀਤੀ ਹੈ ਕਿ ਇਹ ਕੰਮ ਜਿਹੜਾ ਗਲਤ ਕੀਤਾ ਉਹਨਾਂ ਨੇ ਤਾਂ ਕਿ ਬਾਕੀ ਲੋਕ ਜਿਹੜੇ ਅੱਗੇ ਵੀ ਸ਼ਾਂਤੀਪੂਰਵਕ ਨਹੀਂ ਰਹਿ ਰਹੇ ਉਸ ਇਲਾਕੇ 'ਚ ਉੱਥੇ ਰੋਲਾ ਰਇਆ ਬਹੁਤ ਜਿਆਦਾ ਪਰ ਹੁਣ ਦੁਬਾਰਾ ਨਵੇਂ ਸਿਰੇ ਤੋਂ ਇਸ ਡੇਰੇ ਦਾ ਨਵੀਂ ਬਿਉਦਬੰਦੀ ਕਰਕੇ ਫਿਰ ਕਿਉਂ ਸਿੱਧਣਾ ਕਰ ਰਹਾ ਹੈ ਹੁਣ ਜਿਸ ਤਰ੍ਹਾਂ ਤੁਸੀਂ ਵਾਰਿਸ ਪੰਜਾਬ ਦੀ ਗੱਲ ਕੀਤੀ ਹੈ ਹੁਣ ਉਹ ਤੇਰੇ ਵੀ ਅੱਗੇ ਆਉਣ ਦੀ ਕੋਸ਼ਿਸ਼ ਕਰਦੀ ਪਈ ਹੈ ਤੇ ਹੁਣ ਉਹਨਾਂ ਨੇ ਰਾਜਾ ਵੜਿੰਗ ਜੋ ਕਾਂਗਰਸ ਦੇ ਪੰਜਾਬ ਦੇ ਸੂਬਾ ਪ੍ਰਧਾਨ ਨੇ ਉਹਨਾਂ ਨੂੰ ਨੋਟਿਸ ਭੇਜਿਆ ਕਿ ਤੁਸੀਂ ਸਾਡੀ ਵਾਰਿਸ ਪੰਜਾਬ ਦੀ ਗਤੀਵਿਧੀਆਂ ਬਾਰੇ ਗੱਲ ਕੀਤੀ ਹੈ ਸਰਕਾਰਾਂ ਨੂੰ ਤੁਸੀਂ ਸਾਡੇ ਉੱਤੇ ਨਜ਼ਰਸਾਨੀ ਕਰਨ ਦੀ ਗੱਲ ਕੀਤੀ ਹੈ ਉਨਾਂ ਨੂੰ ਨੋਟਿਸ ਭੇਜਿਆ ਹੈ ਔਰ ਇਸ ਗੱਲ ਨੂੰ ਸੀਰੀਅਸਲੀ ਲੀਤਾ ਉਹਨਾਂ ਨੇ ਹੁਣ ਗੱਲ ਇਹ ਹੈ ਕਿ ਇਹ ਸਾਰੇ ਜੋ ਕਾਰੋਬਾਰ ਪੰਜਾਬ ਦੇ ਵਿੱਚ ਸ਼ੁਰੂ ਹੋ ਗਏ ਨੇ ਮੁੜ ਤੋਂ ਇਹ ਪੰਜਾਬ ਦਾ ਵਾਤਾਵਰਣ ਥੋੜਾ ਜਿਹਨੂੰ ਕਹਿੰਦੇ ਆ ਕਿ ਸੈਂਸਿਟਿਵ ਲੱਗਦਾ ਪਿਆ ਸ਼ਾਂਤ ਹੋਏਗਾ ਨਾਲ ਲੱਗਦਾ ਪਿਆ ਸਭ ਨੂੰ ਹਾਂ ਔਰ ਇੱਧਰ ਡੇਰਾ ਸੱਚਾ ਸੌਦਾ ਦੀ ਗੱਲ ਨੂੰ ਲੈ ਕੇ ਵੀ ਖੈਰ ਉਹ ਤਾਂ ਸਿਰਸਾ ਹੋ ਗਿਆ ਕੱਲ ਅਲੱਗ ਚਲੇ ਗਏ ਪਰ ਉਹ ਵੀ ਸਾਡੇ ਭਾਰਤ ਦਾ ਹੀ ਹਿੱਸਾ ਉੱਥੇ ਵੀ ਵੱਖਰੀਆਂ ਗੱਲਾਂ ਹੁੰਦੀਆਂ ਪੈਂਦੀਆਂ ਕਿਉਂਕਿ ਧਾਮੀ ਸਭ ਪੰਜਾਬ ਦੀ ਧਰਤੀ ਤੋਂ ਇਹ ਸਟੇਟਮੈਂਟ ਦਿੰਦੇ ਪਏ ਨੇ ਕਿ ਇਹ ਸਾਰਾ ਕੁਝ ਇੱਕ ਪਰਛੋਕੜ ਕੀ ਹੈ ਦੇਖਿਆ ਜਾਵੇ ਕਿ ਇਹ ਕਿਉਂ ਨਵਾਂ ব্রাঞ্চ ਖੋਲਣਾ ਚਾਹੁੰਦੇ ਨੇ ਇਹਦੇ ਉੱਤੇ ਗੱਲਬਾਤ ਹੋ ਰਹੀ ਹੈ ਨਾਲ ਗੱਲ ਹੋ ਰਹੀ ਹੈ ਕਿ ਇਹ ਦੁਬਈ ਸੀਗੇ ਪਹਿਲਾਂ ਬਿਜ਼ਨਸਮੈਨ ਸੀਗੇ ਅੰਮ੍ਰਿਤਪਾਲ ਕੋਰ ਦਾ ਕੰਮ ਸੀ ਟ੍ਰਾਂਸਪੋਰਟ ਦਾ ਕੰਮ ਸੀ ਹੁਣ ਉੱਥੋਂ ਪੰਜਾਬ ਆਉਂਦੇ ਨੇ ਔਰ ਇਹ ਕੀ ਇਹਨਾਂ ਦੀ ਕੰਟ੍ਰਿਬਿਊਸ਼ਨ ਹੈ ਕੀ ਇਹਨਾਂ ਦੀ ਕਾਰਗੁਜ਼ਾਰੀ ਹੈ ਇਹ ਜਿਹੜੀ ਵਾਰਿਸ ਪੰਜਾਬ ਦੀ ਸੰਸਥਾ ਹੈ ਇਹ ਤਾਂ ਪਵਿੱਖ ਕੀ ਹੈ ਕੀ ਇਹਨਾਂ ਦੀ ਪਲੈਨਿੰਗਸ ਨੇ এজেন্ডਾ ਕੀ ਹੈ ਕਰਨਾ ਕੀ ਚਾਹੁੰਦੇ ਨੇ ਮਤਲਬ ਇਹ ਸਭ ਪੰਜਾਬ ਦੇ ਮਾਹੌਲ ਨੂੰ ਸਾਹਮਣੇ ਰੱਖਦੇ ਹੋਏ ਇਹ ਸਭ ਚੀਜ਼ਾਂ ਦੇਖੀਆਂ ਜਾਣ ਕਿਉਂਕਿ ਰਾਜਾ ਵਰਿੰਗ ਜੀ ਨੂੰ ਇੱਕ ਨੋਟਿਸ ਭੇਜਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਕਿ ਇਹ ਸੰਸਥਾ ਆਪਣੀ ਹੋਣਦ ਨੂੰ ਇੱਕ ਪਹਿਚਾਣ ਨੂੰ ਲੋਕਾਂ ਦੇ ਵਿੱਚ ਸਵੀਕਾਰ ਕਰਨ ਦੀ ਐਕਸੈਪਟ ਕਰਵਾਉਂਦੀ ਕੋਸ਼ਿਸ਼ ਵਿੱਚ ਹੈ ਕਿ ਲੋਕੀ ਸਾਨੂੰ ਐਕਸੈਪਟ ਕਰਨ ਸਾਡੀ ਹੋਣਦ ਇੱਕ ਸਮਾਜ ਦੇ ਵਿੱਚ ਬਣੇ ਕਿ ਅਸੀਂ ਇਹ ਹੈਸਿਅਤ ਰੱਖਦੇ ਹਾਂ ਕਿ ਅਸੀਂ ਇੱਕ ਵਿਧਾਇਕ ਨੂੰ ਐਮਐਲਏ ਨੂੰ ਅਸੀਂ ਨੋਟਿਸ ਭੇਜ ਸਕਦੇ ਹਾਂ ਵਸੇ ਜੋ ਸਿੱਖ ਧਰਮ ਚ ਵਰਜਿਤ ਸੀ ਨਾ ਜਦੋਂ ਪਹਿਲਾਂ ਕਿਹਾ ਗਿਆ ਕਿ ਦੇਹ ਤਾਰੀ ਗੁਰੂ ਦੀ ਜਿਹੜੀ ਉਪਾਸ਼ਨਾ ਕਰਨੀ ਉਹ ਬਿਲਕੁਲ ਗੈਰਵਾਜਬ ਨਹੀਂ ਰਹੂਗੀ ਔਰ ਇਸ ਚ 10ਵੇਂ ਪਾਛਾ ਦਾਪਦੇਸ ਸੀਗਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਦਿੱਤਾ ਗਿਆ ਔਰ ਉਹਦੇ ਵਿੱਚ ਉਹਨਾਂ ਨੇ ਉਹਦੀ ਪੂਜਾ ਪਾਠ ਵੰਦੂ ਸਤਿਕਾਰ ਦੇ ਤੌਰ ਤੇ ਉਪਾਸ਼ਨਾ ਕਰਨ ਦਾ ਇਹ ਜਿਹੜਾ ਉਹਨਾਂ ਨੇ ਦਰਜਾ ਦਿੱਤਾ ਉਹ ਗੁਰੂ ਮਾਨ ਦੇ ਗ੍ਰੰਥ ਦਾ ਰੁਤਬਾ ਦਿੱਤਾ ਔਰ ਇਹਦੇ ਤੋਂ ਬਾਅਦ ਫਿਰ ਉਹਨ ਡੇਰਾਬਾਦ ਪ੍ਰਚੰਤ ਹੋ ਗਿਆ ਜਿਸ ਗੱਲ ਤੋਂ ਵਰ ਵਰ ਜੈ ਸੀਗਾ ਜਿਸ ਗੱਲ ਤੋਂ ਉਹਨਾਂ ਨੇ ਕਿਹਾ ਸੀਗਾ ਸੱਚਾ ਸੌਦਾ ਵੀ ਉਹ ਵੀ ਉਸੇ ਤਰ੍ਹਾਂ ਦਾ ਇੱਕ ਡੇਰਾ ਹੈਗਾ ਔਰ ਪੰਜਾਬ ਚ ਜਿੰਨੇ ਕ ਪਿੰਡ ਨੇ ਸਾਰੇ ਪਿੰਡਾਂ ਦੇ ਵਿੱਚ ਇਰਦ ਗਿਰਦ ਇੱਕ ਦਾ ਡੇਰਾ ਹੈਗਾ ਔਰ ਉਹਦੇ ਵਿੱਚ ਸਾਰੇ ਉਹ ਡੇਰਾਵਾੜ ਜਿਹੜਾ ਉਹਦੇ ਚ ਲੋਕ ਆਪਾਸਨਾ ਕਰ ਰਹੇ ਆ ਹੁਣ ਜਿਹੜੇ ਪੰਜਾਬ ਦੇ ਵਾਰਿਸ ਆਏ ਆ ਜਿਨ੍ਹਾਂ ਨੇ ਕਿਹਾ ਤਾਂ ਕਿ ਫਿਰ ਦੁਬਾਰਾ ਇਦਾਂ ਦੇ ਇੱਕ ਸ਼ੁਰੂ ਕਰਾਂਗੇ ਅਸੀਂ ਨਾਲ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹਦੇ 'ਤੇ ਲੋਕਾਂ ਦੀ ਅਲੋਚਨਾ ਹੁੰਦੀ ਆ ਜਿਹੜੇ ਸੂਝਵਾਨ ਲੋਕ ਆ ਉਹ ਇਹਦੇ ਇਸ ਗੱਲ 'ਤੇ ਪੂਰੇ ਤਰ੍ਹਾਂ ਉਤਰਦੇ ਨਹੀਂ ਉਹ ਸਮਝਦੇ ਆ ਕਿ ਫਿਰ ਦੁਬਾਰਾ ਪੰਜਾਬ 'ਚ ਸ਼ਾਂਤੀ ਫੈਲ ਜੂਗੀ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਡੇਰੇ ਆਏ ਆ ਕਈ ਤਰ੍ਹਾਂ ਦੀਆਂ ਲੜਾਈਆਂ ਹੋਈਆਂ ਕਈ ਤਰ੍ਹਾਂ ਦੇ ਲੋਕਾਂ ਨੂੰ ਨੁਕਸਾਨ ਪਹੁੰਚਿਆ ਔਰ ਉਹ ਲੋਕ ਅਜੇ ਜੇਲ੍ਹਾਂ 'ਚ ਅੰਦਰ ਨੇ ਫੜੇ ਨੇ ਜਿਹਦੇ 'ਚ ਸੱਚਾ ਸੌਦਾ ਦੇ ਰਾਮ रहीम ਗੁਰਮੀਤ ਰਾਮ ਰਹੀਮ ਜੀ ਅੰਦਰ ਨੇ ਹੁਣ ਆਏ ਬਾਹਰ ਔਰ ਉਹਨਾਂ ਨੇ ਨਵਾਂ ਸ਼ੂਸ਼ਾਗੇ ਸ਼ੁਰੂ ਕਰ ਦਿੱਤਾ ਕਿ ਤੇਰਾ ਹੋਰ ਸ਼ੁਰੂ ਕਰਦਾਂਗੇ ਔਰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹਦੀ ਹਮਾਇਤ ਕਰਨ ਵਾਲੇ ਲੋਕ ਕਿਦੋਂ ਆ ਜਾਂਦੇ ਆ ਜਦੋਂ ਕਿ ਲੋਕਾਂ ਨੂੰ ਖਾਸ ਤਰ੍ਹਾਂ ਦੇ ਪਤਾ ਜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਤੇ ਕੀ ਦੋਸ਼ ਲੱਗੇ ਆ ਇਹਨਾਂ ਤੇ ਕੀ ਮਾਨਹਾਨੀ ਦਾ ਦੋਸ਼ ਸਰਕਾਰਾਂ ਲੋ ਜਾਂ ਜਿਹੜੀਆਂ ਸਾਡੀਆਂ ਨਹਿਮ ਪਾਲਕਾਂ ਨੇ ਉਹਨਾਂ ਨੂੰ ਲੱਗਿਆ ਔਰ ਇਹਨਾਂ ਨੇ ਕੋਰਟ ਨੂੰ ਕਿਸ ਤਰੀਕੇ ਨਾਲ ਵੇਖਿਆ ਹੁਣ ਉਹਨਾਂ ਦਾ ਕਰਕੇ ਨੇ ਸਾਰਿਆਂ ਚੋਂ ਉਮਰ ਕੈਦ ਦੀਆਂ ਸਜ਼ਾ ਇਹਨਾਂ ਤੇ ਰੇਪ ਦੀਆਂ ਸਜ਼ਾ ਇਹਨਾਂ ਤੇ ਕਈ ਤਰ੍ਹਾਂ ਦੀਆਂ ਸਜ਼ਾ ਲੱਗੀਆਂ ਉਹ ਕਾਦਾ ਦੇ ਲੋਕਾਂ ਨੂੰ ਪਾਸਨਾ ਕਰੂਗਾ ਕਾਦੇ ਉਪਦੇਸ਼ ਦੇਗਾ ਜਿੰਨਾਂ ਤੇ ਆਪਣੇ ਦੋਸ਼ ਮੜੇ ਗਏ ਔਰ ਇਹਦੇ ਲਈ ਗਲਤ ਗੱਲ ਹੈਗਾ ਕਿ ਜੇ ਅਸੀਂ ਗੁਰੂ ਸਾਹਿਬ ਦੀ ਬਾਣੀ ਨੂੰ ਨਹੀਂ ਪੜਾਂਗੇ ਜਾਂ ਅਸੀਂ ਉਹਨਾਂ ਦੀ ਬਾਣੀ ਦੀ ਸਮੀਖਿਆ ਤਰੀਕੇ ਨਾਲ ਨਹੀਂ ਕਰਾਂਗੇ ਔਰ ਉਹਦੇ ਚ ਜੇ ਅਸੀਂ ਇਹਨਾਂ ਦੇ ਪਿੱਛੇ ਲੱਗਾ ਕਿਤੇ ਫਿਰ ਅਸੀਂ ਉਸ ਤੰਦ ਜੰਗਲ ਵਿੱਚ ਜਾ ਪਾਵਾਂਗੇ ਉਦੋਂ ਜੇ ਨੀ ਕ ਕਿ ਜਿਹਦੇ ਚ ਪਾਈ ਬਰਦਾਸ਼ ਨੇ ਲਿਖਿਆ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਤੰਦ ਜਾਗਤ ਚਾਨਣ ਹੋਇਆ ਜੀ ਤਾਰੇ ਛਿਪੇ ਅੰਧੋਰ ਪੁਲੋਇਆ ਉਹਨਾਂ ਇਹ ਕਿ ਤਾਰੇ ਛਿਪੇ ਦਾ ਮਤਲਬ ਉਦੋਂ ਸੀਗਾ ਕਿ ਉਦੋਂ ਧੂੜ ਦੇ ਬੱਦਲ ਸੀਗੇ ਉਦੋਂ ਸੱਚ ਦਾ ਚੰ드ਰਮਾ ਕਿਤੇ ਨਜ਼ਰ ਨਹੀਂ ਸਿਉਂਦਾ ਸਾਰੇ ਪਾਸੇ ਝੂਠ ਦਾ ਪਸਾਰਾ ਹੋ ਗਿਆ ਸੀ ਝੂਠ ਦਾ ਬੋਲਬਾਲਾ ਹੋ ਗਿਆ ਸੀਗਾ ਫਿਰ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਦੀ ਸਿਰਜਣਾ ਕੀਤੀ ਔਰ ਦਸਾਂ ਗੁਰੂਆਂ ਨੇ ਬਾਣੀ ਦਾ ਉਚਾਰ ਕੀਤਾ ਔਰ ਬਾਣੀ ਉਹੀ ਸੰਕਲਿਤ ਹੋ ਕੇ ਗੁਰੂ ਗ੍ਰੰਥ ਸਾਹਿਬ ਦਾ ਜੜੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਪਾਸ਼ਨਾ ਦਾ ਰੂਪ ਬਣ ਗਈ ਔਰ ਇਹਦੇ ਲਈ ਇਸ ਪਾਸੇ ਜੇ ਲੋਕ ਫਿਰ ਇਧਰ ਉਧਰ ਹੋਣਗੇ ਤੇ ਫਿਰ ਸ਼ਾਂਤੀ ਫੈਲੇਗੀ ਉਹ ਤਾਂ ਅੱਗੇ ਆਪਾਂ ਦੇਖ ਲਿਆ ਅਸੀਂ ਨਹੀਂ ਦੇਖਿਆ ਜਾਂ ਸਾਡੇ ਚੈਨਲ ਨੇ ਨਹੀਂ ਦੇਖਿਆ ਹਰ ਸਾਰੇ ਲੋਕਾਂ ਨੇ ਆਪਣੀ ਅੱਖਾਂ ਨਾਲ ਦੇਖਿਆ ਕਿ ਪੰਜਾਬ 'ਚ ਕੀ ਕੁਝ ਹੋਇਆ ਔਰ ਕੀ ਕੁਝ ਹੋ ਰਿਹਾ ਔਰ ਜੇ ਇਹ ਫਿਰ ਇਸੇ ਤਰ੍ਹਾਂ ਦੀਆਂ ਰੈਵਾਗਾ ਰਹੀਆਂ ਫਿਰ ਲੋਕ ਖולם ਖੁਲਾ ਇਤਨਾ ਦਾ ਨਾਚ ਕਰਦੇ ਰਹੇ ਤੇ ਗਲਤ ਤਰੀਕੇ ਨਾਲ ਸਾਰਾ ਕੁਝ ਹੋਏਗਾ ਤੇ ਨੁਕਸਾਨ ਕਿਨੂੰ ਹੋਏਗਾ आम ਲੋਕਾਂ ਨੂੰ ਜਨਤਾ ਨੂੰ ਨੁਕਸਾਨ ਹੋਊਗਾ ਬੱਚਿਆਂ ਨੂੰ ਨੁਕਸਾਨ ਹੋਊਗਾ ਕਿ ਵੀ ਬੱਚੇ ਮਾਰੇਗਾ ਜਵਾਨ ਮੁੰਡੇ ਮਾਰੇਗੇ ਦੇਖੋ ਜਿਹੜੇ ਇਦਾਂ ਸਟੇਟਮੈਂਟਸ ਦੇ ਦਿੰਦੇ ਨੇ ਉਹ ਇਸ ਗੱਲ ਦਾ ਧਿਆਨ ਨਹੀਂ ਦਿੰਦੇ ਕਿ ਉਹ ਖੁਦ ਤਾਂ ਸੇਫ ਜਗ੍ਹਾ ਤੇ ਹੈਗੇ ਨੇ ਜੀ ਉਹਨਾਂ ਨੂੰ ਸਿਕਿਉਰਿਟੀ ਵੀ ਮਿਲੀ ਹੋਈ ਹੈ ਉਹਨਾਂ ਦੇ ਪੈਰੋਕਾਰ ਵੀ ਉਹਨਾਂ ਦੇ ਨਾਲ ਨੇ ਪਰ ਜਿਹੜੇ ਆਮ ਲੋਕ ਨੇ ਨਾ ਉਹਨਾਂ ਕੋਲ ਕੋਈ ਸਿਕਿਉਰਿਟੀ ਹੈ ਨਾ ਉਹਨਾਂ ਦੇ ਕੋਈ ਪੈਰੋਕਾਰ ਹੋ ਸਕਦੇ ਕਿਉਂਕਿ ਤੇ ਆਮ ਲੋਕ ਨੇ ਤੇ ਬਾਕੀ ਰਹਿ ਗਿਆ ਘਰ ਚਲਾਉਣ ਵਾਸਤੇ ਦਿਨ ਰਾਤ ਮਿਹਨਤ ਕਰਦੇ ਨੇ ਠੀਕ ਹੈ ਜੀ ਉਹਨਾਂ ਕੋਲ ਕਿੰਨਾ ਕੁ ਟਾਈਮ ਹੈ ਤੁਹਾਡੀਆਂ ਗੱਲਾਂ ਸੁਣਨ ਦਾ ਉਹਨਾਂ ਕੋਲ ਕਿੰਨਾ ਟਾਈਮ ਹੈ ਲੋਕਾਂ ਦੀਆਂ ਸਟੇਟਮੈਂਟਸ ਵੱਲ ਧਿਆਨ ਦੇਂਦਾ ਉਹਨਾਂ ਦੇ ਆਪਣੇ ਖਰਚੇ ਕਰਨ ਵਾਸਤੇ ਉਹਨਾਂ ਨੂੰ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ ਸੋ ਐਸੇ ਮਾਹੌਲ ਦੇ ਵਿੱਚ ਤੁਹਾਡੇ ਵੱਲੋਂ ਇਦਾਂ ਦੀਆਂ ਸਟੇਟਮੈਂਟਸ ਹੋਣੀਆਂ ਇਦਾਂ ਦੀ ਗੱਲਬਾਤ ਤੁਸੀਂ ਕਰਨਾ ਆਪਸ ਦੇ ਵਿੱਚ ਤੁਹਾਡੀ ਲਗਦੀ ਹੈ ਔਰ ਤੁਹਾਡੀ ਆਪਸ ਦੀ ਲਾਗਤਬਾਜ਼ੀ ਨੇ ਪੰਜਾਬ ਦੇ ਮਾਹੌਲ ਸਾਰਾ ਖਰਾਬ ਕਰਕੇ ਰੱਖ ਦਿੱਤਾ ਪੰਜਾਬ ਦੇ ਸਮਾਜ ਦਾ ਮਾਹੌਲ ਸਾਰਾ ਛਿੱਕੇ ਟੰਗ ਕੇ ਰੱਖ ਦਿੱਤਾ ਮਤਲਬ ਇਹ ਹੈ ਕਿ ਇਹ ਕੁੱਲ ਮਿਲਾ ਕੇ ਤੁਸੀਂ ਲੋਕ ਕਿੱਧਰ ਨੂੰ ਜਾ ਰਹੇ ਹੋ ਸਿੱਧ ਕੀ ਕਰਨਾ ਚਾਹੁੰਦੇ ਹੋ ਤੁਸੀਂ ਬਣਾਉਣਾ ਕੀ ਚਾਹੁੰਦੇ ਹੋ ਪੰਜਾਬ ਦੇ ਖਾਸ ਕਰਕੇ ਪਤਾ ਮੰਚਾ ਕੀ ਗਏ ਭੁੱਖੇ ਮਰਨ ਵਾਲਾ ਮੰਚਾ ਜਦੋਂ ਕਿ ਇੰਡੀਆ ਦਾ ਇਸ ਵੇਲੇ ਜਿਹੜੀ ਲਿਸਟ ਬਣੀ ਹੈ ਉਹਦੇ ਵਿੱਚ ਭੁੱਖਿਆਂ ਵਾਲੀ ਲਿਸਟ ਦੇ ਵਿੱਚ 105ਵਾਂ ਪਤਾ ਨਹੀਂ 107ਵਾਂ ਸਥਾਨ ਉੱਪਰ ਆ ਗਿਆ ਔਰ ਇਹਦੇ ਵਿੱਚ ਦੇਖੋ ਜੇ ਅਸੀਂ ਧਰਨਿਆਂ ਤੇ ਬੈਠਾਂਗੇ ਅਸੀਂ ਮਾਰ ਧਾੜ ਕਰਾਂਗੇ ਸਰਕਾਰੀ ਮਸ਼ੀਨਰੀ ਤੋੜਾਂਗੇ ਜਾਂ ਧਰਮ ਦੇ ਮਾਮਲੇ 'ਚ ਅਸੀਂ ਹੈਨਾ ਦੇਰਾਵਾੜ ਚ ਬਹਿ ਜਾਾਂਗੇ ਔਰ ਉਹਦੇ 'ਚ ਅਸੀਂ ਧਰਮ ਚਲਾਉਣ ਦੇ ਅਗੇ ਉਪਦੇਸ਼ ਦਵਾਂਗੇ ਇਹਦੇ ਨਾਲ ਫਿਰ ਭੁੱਖ ਮਰੀ ਆਉਗੀ ਕਿਉਂਕਿ ਸਾਰੇ ਲੋਕ ਤੇ ਉਧਰ ਹੋ ਆ ਜਾਂਦੇ ਆ ਕੰਮ ਕਿਹਨੇ ਕਰਨਾ ਕੰਮ ਤੇ ਉਹ ਕਰੂਗਾ ਬਾਹਰਲੇ ਦੇਸ਼ਾਂ ਦੇ ਤੇ ਦੇਸੀ ਕਰਕੇਗਾ ਕਿ ਉਹ ਤੇ ਘੰਟਿਆਂ ਬੱਧੀ ਕੰਮ ਕਰਦੇ ਆ ਉਹਦੇ ਪਰਤੀ ਘੰਟਾ ਪੈਸਾ ਮਿਲਦਾ ਔਰ ਜਿੱਥੇ ਅਸੀਂ ਰੌਲਾ ਹੀ ਪਾਵਾਂਗੇ ਜਿੱਥੇ ਅਸੀਂ ਦੂਜੀਆਂ ਧਰਮ ਦੀਆਂ ਗੱਲਾਂ ਕਰਾਂਗੇ ਔਰ ਉਹਦੇ ਵਿੱਚ ਅਸੀਂ ਲੋਕਾਂ ਨੂੰ ਮੂਰਖ ਬਣਾਵਾਂਗੇ ਫਿਰ ਇਹ ਲੋਕ ਇੱਕ ਸੂਬਾ ਜਿਹੜਾ ਖੁਸ਼ਹਾਲ ਸੂਬਾ ਇਹ ਵੀ ਗਰੀਬੀ ਵਾਲ ਬਦੂਗਾ ਬਾਕੀ ਸੂਬੇ ਤਾਂ ਅਸੀਂ ਦੇਖ ਰਹੇ ਆ ਕਿ ਉੱਥੇ ਪਰ ਕੈਪੀਟਲ ਇਨਕਮ ਨਹੀਂ ਜਿਹਨੇ ਪੰਜਾਬ ਤੇ ਹਰਿਆਣਾ ਦੀ ਬਾਕੀ ਸਾਰੇ ਸੂਬੇ ਡਾਣ ਹੈ ਤੂੰ ਔਰ ਇਸ ਕਰਕੇ ਇੱਥੇ ਅਗੇ ਸਾਡੇ ਮੁੰਡੇ ਬਾਹਰ ਵੀ ਹੋ ਗਏ ਸਾਡੇ ਪ੍ਰਵਾਸੀ ਭਾਰਤੀ ਹੈ ਉਹ ਵੀ ਪੈਸਾ ਲਿਆ ਰਹੇ ਆ ਕਮਾਈ ਕਰ ਰਹੇ ਆ ਜ਼ਮੀਨ ਵੀ ਬੜੀ ਪਜਾਊਗਾ ਸਾਰਾ ਕੁਝ ਹੈਗਾ ਪਰ ਜੇ ਪੰਜਾਬ ਚ ਇਸ ਤਰ੍ਹਾਂ ਦੀਆਂ ਕਾਇਆਂ ਇਹਦੇ ਵਿੱਚ ਵੀ ਹੁੰਦਾ ਲੱਗਦਾ ਇਹ ਹੈਗਾ ਮੇਰਾ ਖਿਆਲ ਆ ਕਿ ਜਿਹੜੇ ਸੁੱਕੀ ਬਸਦੇ ਆ ਲੋਕ ਉਹਨਾਂ ਨੂੰ ਬਾਹਰਲੇ ਜਿਹੜੇ ਲੋਕ ਨੇ ਜਿਹੜੇ ਛਾਤਰ ਦਿਮਾਗ ਨੇ ਉਹ ਚਾਹੁੰਦੇ ਨੇ ਕਿ ਇਸ ਪੰਜਾਬ ਨੂੰ ਫਿਰ ਦੁਬਾਰਾ ਉਸੇ ਤਰ੍ਹਾਂ ਲੰਗੜਾ ਕਰ ਦਈਏ ਗੰਗਾਲੀ ਵਾਲ ਨੂੰ ਤੱਕ ਦਈਏ ਗਰੀਬ ਕਰ ਦਈਏ ਕਿਉਂਕਿ ਇਹਦਾ ਨਾਮ ਪੂਰੇ ਵਰਲਡ ਚ ਨਾਮ ਤਾਂ ਹੈਗਾ ਇਕ ਗੱਲ ਦੇਖੋ ਜੀ ਜਦੋਂ ਵੀ ਗੱਲ ਹੋਏਗੀ ਧਰਮ ਦੀ ਗੱਲ ਹੋਏਗੀ ਠੀਕ ਹੈ ਧਰਮ ਦੀ ਗੱਲ ਕਰਨੀ ਹੈ ਕਿਉਂਕਿ ਅਸੀਂ ਬੇਸਿਕਲੀ ਸਾਰੇ ਧਾਰਮਿਕ ਲੋਕਾਂ ਲੇਕਿਨ ਉਸ ਤੋਂ ਅੱਗੇ ਵੀ ਤਾਂ ਕੋਈ ਗੱਲ ਕਰੋ ਨਾ ਇੱਕ ਧਰਮ ਦੀ ਗੱਲ ਉਹਨੂੰ ਵੱਖ-ਵੱਖ ਐਂਗਲਸ ਤੋਂ ਉਤੋਂ ਉਹੀ ਗੱਲ ਤੁਸੀਂ ਕਦੇ ਇਕਨੋਮੀ ਦੀ ਗੱਲ ਨਹੀਂ ਕਰਦੇ ਹਾਂ ਤੁਸੀਂ ਕਦੇ ਭਾਰਤ ਪੰਜਾਬ ਦੀ ਖੇਤੀਬਾੜੀ ਦੀ ਗੱਲ ਨਹੀਂ ਕਰਦੇ ਹਾਂ ਤੁਸੀਂ ਕਦੇ ਇਹ ਗੱਲ ਨਹੀਂ ਕਰਦੇ ਕਿ ਪੰਜਾਬ ਦੇ ਵਿੱਚ ਇੰਡਸਟਰੀ ਹੋਣੀ ਚਾਹੀਦੀ ਹੁਣ ਜੀ 20 ਸਮੇਲਨ ਚੱਲਦਾ ਪਿਆ ਹੈ ਅੰਮ੍ਰਿਤਸਰ ਦੇ ਵਿੱਚ ਤਾਂ ਉਹਦਾ ਰਿਜ਼ਲਟ ਕੀ ਨਿਕਲਣਾ ਹੈ ਕੌਣ ਨੇ ਉਹ ਲੋਕ ਜਿਹੜੇ ਪੰਜਾਬ ਦੇ ਅੰਦਰ ਇਨਵੈਸਟ ਕਰਨਗੇ ਤੁਹਾਡੀਆਂ ਇੰਨੀਆਂ ਸਟੇਟਮੈਂਟਸ ਕਰਕੇ ਤੁਸੀਂ ਜਿਹੜਾ ਮਾਹੌਲ ਬਣਾਈ ਜਾ ਰਹੇ ਹੋ ਇਨਸਟੈਬਿਲਿਟੀ ਇਨਸਿਕਿਉਰਿਟੀ ਤੇ ਕੌਣ ਆਏਗਾ ਇਨਵੈਸਟ ਕਰਨ ਵਾਸਤੇ ਉਹਨਾਂ ਨੂੰ ਆਪਣਾ ਪੈਸਾ ਡੁੱਬਦਾ ਨਜ਼ਰ ਆਏਗਾ ਕਿ ਇੱਥੇ ਤੇ ਸ਼ਾਂਤੀ ਨਹੀਂ ਹੈਗੀ ਕਿਉਂਕਿ ਜਿੱਥੇ ਤਰੱਕੀ ਹੋਣੀ ਹੈ ਸ਼ਾਂਤੀ ਪਹਿਲੀ ਸ਼ਰਤ ਹੈ ਜਿੱਥੇ ਸ਼ਾਂਤੀ ਹੋਏਗੀ ਉੱਥੇ ਤਰੱਕੀ ਹੋਏਗੀ ਤੁਹਾਡਾ ਇਹ ਮਾਹੌਲ ਜੋ ਤੁਸੀਂ ਕ੍ਰੀਏਟ ਕਰਦੇ ਪਏ ਹੋ ਤੁਹਾਡੀਆਂ ਸਟੇਟਮੈਂਟਸ ਇੱਕ ਸ਼ਾਂਤ ਰਹਿਣ ਦੇਣਗੀ ਇਹ ਪੰਜਾਬ ਨੂੰ ਉਹਨਾਂ ਖਿਲਾਫ ਨੋਟਿਸ ਭੇਜ ਦਿਓ ਇੱਕ ਕਵੀਆਂ ਲਾਈਨਾਂ ਲੈਣਾ ਸ਼ਾਇਦ ਤੁਸੀਂ ਸੁਣੀ ਹੋਣਗੀਆਂ ਕਵੀਆਂ ਦੀਆਂ ਲਾਈਨਾਂ ਆਗੀਆਂ ਉਹ ਕਹਿੰਦੇ ਧਰਮਿਕ ਗੁੰਜਲਦਾਰ ਬਜਾਰਤ ਤੇ ਧਰਮਿਕ ਗੋਰਖ ਤੰਦਾ ਖੋਲਦਾ ਖੋਲਦਾ ਪੇਚ ਇਸ ਦੇ ਪਾਗਲ ਹੋ ਜੇ ਬੰਦਾ ਕਿਹਦੇ ਇਹਨੇ ਪੇਚ ਆ ਇਹਨਾਂ ਕੋਈ ਛੇਦਾ ਹੈਗਾਗਾ ਬੰਦੇ ਨੂੰ ਨਹੀਂ ਪਤਾ ਲੱਗਦਾ ਕੀ ਹੈਗਾ ਕਿ ਧਰਮ ਨੂੰ ਕਈ ਵਾਰੀ ਇਸ ਤਰ੍ਹਾਂ ਦੀਆਂ ਗੁੰਜਲਦਾਰ ਤੇ ਚਿੱਤੇ ਪੇ ਜਾਂ ਚ ਲਿਆਉਂਦੇ ਧਰਮ ਦੇ ਠੇਕੇਦਾਰ ਤੁਹਾਨੂੰ ਸਮਝ ਨਹੀਂ ਆਉਂਦੀ। ਪਰ ਜਿਹੜੇ ਧਰਮ ਮਕਬੂਲ ਆ ਜਿਨ੍ਹਾਂ ਨੂੰ ਦੁਨੀਆ ਮੰਨਦੀ ਆ ਉਹਨਾਂ ਨੂੰ ਧਰਮ ਤੋਂ ਕਿ ਤੁਸੀਂ ਪੜ੍ਹ ਕੇ ਦੇਖੋ ਉਹਦੇ ਵਿੱਚ ਸਰਬੱਤ ਦਾ ਭਲਾ ਉਹਦੇ ਵਿੱਚ ਲੋਕਾਂ ਦੀ ਲੋਕਾਈ ਦਾ ਲੋਕਾਂ ਦਾ ਵੇਖਣ ਦਾ ਜਾਚ ਸਿਖਾਈ ਗਈ ਹੈ। ਐਕਚੁਅਲੀ ਇਹਨਾਂ ਨੂੰ ਪਤਾ ਹੈ ਕਿ ਸਾਡੀ ਸਾਰਿਆਂ ਦੀ ਬੈਕਗ੍ਰਾਉਂਡ ਜਿਹੜੀ ਹੈ ਧਾਰਮਿਕ ਹੈ। ਜੀ। ਅਸੀਂ ਸਾਰੇ ਧਾਰਮਿਕ ਸੋਚ ਦੇ ਲੋਕ ਆ ਇਸ ਕਰਕੇ ਧਰਮ ਜਿਹੜਾ ਨਾ ਬੜਾ ਆਸਾਨ ਚੀਜ਼ ਹੋ ਜਾਂਦੀ ਇਹਨਾਂ ਵਾਸਤੇ ਕਰਨਾ ਇਹਨਾਂ ਨੂੰ ਕਹੋ ਕਦੀ ਇਕਨੋਮੀ ਤੇ ਬੋਲ ਕੇ ਦਿਖਾਣ ਹਾਂ ਨਹੀਂ ਬੋਲਣਗੇ ਨਾ ਨਾ ਪਤਾ ਹੀ ਨਹੀਂ ਕੁਝ ਤੇ ਬੋਲਣਾ ਕੀ ਹੈ ਨਹੀਂ ਇਹਨਾਂ ਨੂੰ ਪੁੱਛੋ ਪੰਜਾਬ ਦਾ ਖਜ਼ਾਨਾ ਖਾਲੀ ਆ ਕਿਵੇਂ ਭਰਿਆ ਜਾਵੇ ਉਹ ਤਾਂ ਜੀ ਸਰਕਾਰਾਂ ਦਾ ਕੰਮ ਹੈ ਤੇ ਫਿਰ ਤੁਹਾਡਾ ਕੰਮ ਕੀ ਹੈ ਐਦਾਂ ਦੀਆਂ ਸਟੇਟਮੈਂਟਸ ਦੇ ਕੇ ਪੰਜਾਬ ਦਾ ਮਾਹੌਲ ਜਿਹੜਾ ਚੰਗਾ ਬੜਾ ਹੈਗਾ ਉਹਨੂੰ ਵਿਗਾੜ ਕੇ ਰੱਖਦੇ ਹੋ ਸਹੀ ਗੱਲ ਸੋ ਪੰਜਾਬ ਦੀ ਖੁਸ਼ਹਾਲੀ ਵਾਸਤੇ ਗੱਲ ਕਰੋ ਕੁਝ ਸੰਸਥਾ ਹੈਗੀ ਹੈ ਪੰਜਾਬ ਦੀ ਬਿਹਤਰੀ ਵਾਸਤੇ ਗੱਲ ਕਰੇ ਇਹ ਥੋੜਾ ਕਿ ਕੁਝ ਦਾ ਕੁਝ ਕੁਝ ਦਾ ਕੁਝ ਕਰਕੇ ਕਿਤੇ ਨੋਟਿਸ ਭੇਜ ਦਿਓ ਕਦੇ ਕੋਈ ਸਟੇਟਮੈਂਟ ਆ ਜਵੇ ਅਗੋਂ ਉਹ ਕੋਈ ਨੋਟਿਸ ਭੇਜ ਦੇਣ ਉਹ ਕੋਈ ਸਟੇਟਮੈਂਟ ਦੇ ਦੇਣ ਕਦੀ ਕਹਿੰਦੇ ਇੱਥੇ ਛਾਪਾ ਮਾਰੋ ਕਦੀ ਕਹਿੰਦੇ ਉਹਦੀ ਤਹਿਕੀਕਾਤ ਕਰੋ ਇੰਨਾ ਕੰਮਾਂ ਚ ਲੱਗੇ ਰਵਾਂਗੇ ਤੇ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਦੋਂ ਕਰਨੀ ਹੈ ਪੰਜਾਬ ਨੂੰ ਬਣਾਉਣ ਦੀ ਗੱਲ ਕਦੋਂ ਗੱਲ ਕਰਨੀ ਹੈ ਪੰਜਾਬ ਦੀ ਐਗਰੀਕਲਚਰ ਬਾਰੇ ਕੀ ਗੱਲ ਕੀਤੀ ਐਗਰੋ ਬੇਸਡ ਇੰਡਸਟਰੀ ਬਾਰੇ ਕੀ ਗੱਲ ਕੀਤੀ ਪੰਜਾਬ ਦੀ ਇੰਡਸਟਰੀ ਬਾਰੇ ਕੀ ਗੱਲ ਕੀਤੀ ਉਹਦਾ ਧਿਆਨ ਨਿਕਾਗਾ ਪੰਜਾਬ ਦਾ ਜਿਹੜਾ ਸਰਹੱਤ ਜਿਹੜੇ ਵਸੇ ਹੋਏ ਪਿੰਡ ਨੇ ਉਹਨਾਂ ਦੀ ਜਿਹੜੀ ਮਾਲੀ ਹਾਲਤ ਉਹਨਾਂ ਦੀ ਜਿਹੜੀ ਸਮਾਜਿਕ ਹਾਲਤ ਉਹਨਾਂ ਦੀ ਜਿਹੜੀ ਵਿਦਿਅਕ ਹਾਲਤ ਮਾੜੀ ਹਾਲਤ ਹੈ ਉਹਦੇ ਬਾਰੇ ਕੀ ਗੱਲ ਕੀਤੀ ਉੱਥੇ ਕਿੰਨੇ ਕੁ ਹਸਪੀਟਲ ਖੋਲਲੇ ਨੇ ਉੱਥੇ ਪ੍ਰੈਗਨਸੀ ਹੁੰਦੀ ਹੈ ਲੇਡੀਜ਼ ਨੂੰ ਡਿਲੀਵਰੀ ਵਾਸਤੇ ਕਿੰਨੀ ਮੁਸ਼ਕਲ ਆਉਂਦੀ ਕਦੀ ਗੱਲ ਕੀਤੀ ਤੁਸੀਂ ਇੱਥੇ ਬੋਲ ਕੇ ਦੇਖੋ ਜਦੋਂ ਕਿਸੇ ਤੇ ਬੋਲੋਗੇ ਨਾ ਅਰਥ ਵਿਵਸਾਦੇ ਬੋਲੋਗੇ ਸਮਾਜਿਕ ਲੋਕਾਂ ਦੀ ਹੋਂਦਾਈ ਤੇ ਬੋਲੋਗੇ ਜਦੋਂ ਸਬਜੈਕਟ ਲੈ ਲੋਗੇ ਉਦੋਂ ਕਿਸੇ ਨੇ ਤੁਹਾਡੀ ਸੁਣਨੀ ਉਦੋਂ ਲੋਕਾਂ ਨੇ ਉੱਠ ਜਾਣਾ ਜਦੋਂ ਤੁਸੀਂ ਧਰਮ ਦੇ ਬਾਰੇ ਗੱਲਾਂ ਕਰੋਗੇ ਸਾਰੇ ਬੇਦੋਕਾਨੋ ਹੈ ਨਾ ਲੋਕਾਂ ਨੂੰ ਦੂਜੀਆਂ ਗੱਲਾਂ ਨਾਲ ਪਰਮਾਲੋਗੇ ਤੇ ਲੋਕ ਤੁਹਾਡੇ ਨੇੜੇ ਆ ਜਾਣਗੇ ਜਦੋਂ ਕਿ ਜਦੋਂ ਲੜਾਈ ਵੀ ਹੁੰਦੀ ਹੈ ਧਰਮ ਦੇ ਨਾਂ ਤੇ ਬਹੁਤ ਮਰਦੇ ਲੋਕ ਕਿਸੇ ਪਾਸੇ ਕਰ ਲੋ ਧਰਮ ਨੂੰ ਖਤਰਾ ਮੁਸਲਮ ਮੁਰੀ ਚ ਜਹਾਦ ਦੀ ਜੰਗ ਜਦੋਂ ਆਉਂਦੇ ਤੇ ਲੋਕ ਮਰਨ ਮਟ ਜਾਂਦੇ ਆ ਪਤਾ ਨਹੀਂ ਲੱਗਦਾ ਕਿੱਥੇ ਕਿੱਥੇ ਲੋਕ ਪਟੜ ਹੋ ਜਾਂਦੇ ਆ ਇਹਦੇ ਲਈ ਲੋਕਾਂ ਨੇ ਮਰਨਾ ਵੀ ਇਹਦੇ ਲਈ ਹੈਗਾ ਔਰ ਇਹਦੇ ਲਈ ਜਿਉਣਾ ਵੀ ਇਹਦੇ ਲਈ ਹੈਗਾ ਔਰ ਭੁੱਖੇ ਮਰਨਾ ਵੀ ਇਹਦੇ ਲਈ ਹੈਗਾ ਭੁੱਖੇ ਵੀ ਮਰ ਰਹੇ ਨੇ ਲੋਕ ਜਦੋਂ ਕੰਮ ਕਰਨਗੇ ਨਹੀਂ ਬਸ ਬਿਠੇ ਰਹਿਣਗੇ ਜੋ ਭੁੱਖਮਰੀ ਹੈ 105ਵੇਂ 107ਵੇਂ ਨੰਬਰ ਦੇ ਉੱਤੇ ਸਾਡਾ ਭਾਰਤ ਹੈ ਉਹਦੇ ਬਾਰੇ ਤੁਸੀਂ ਕੀ ਬੋਲਦੇ ਪਏ ਹੋ ਔਰ ਤੁਸੀਂ ਦੇਖੋ ਸਰਹੱਦੀ ਜਿਹੜੇ ਪਿੰਡ ਨੇ ਉੱਥੇ ਜਿਹੜੀਆਂ ਲੜਕੀਆਂ ਨੇ ਜਿਹੜੀਆਂ ਪ੍ਰੈਗਨੈਂਟ ਨੇ ਔਰਤਾਂ ਉਹਨਾਂ ਨੂੰ ਡਿਲੀਵਰੀ ਵਾਸਤੇ ਬੱਚਾ ਜੰਮਣ ਵਾਸਤੇ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਪ੍ਰੋਪਰ ਮੈਡੀਕਲ ਸਹਾਇਤਾ ਨਹੀਂ ਉੱਥੇ ਡਾਕਟਰ ਨਹੀਂ ਹੈਗੇ ਉੱਥੇ ਡਾਕਟਰ ਆਉਂਦੇ ਨਹੀਂਗੇ ਬੱਚੇ ਤਾਂ ਫਿਰ ਕੁਝ ਨਹੀਂ ਬੋਲਦੇ ਬੱਚਿਆਂ ਦੇ ਪੈਦਾਵਾ ਉਹਨਾਂ ਬਾਰੇ ਕੁਝ ਬੋਲਿਆ ਜਾਵੇ ਬੱਚੇ ਪੈਦਾ ਬਾਹਰ ਹੀ ਹੋ ਜਾਂਦੇ ਆ ਔਰ ਸਾਡੇ ਮਹਾਪੁਰਸ਼ ਕਹਿੰਦੇ ਨੇ ਕਿ ਲੇਡੀਜ਼ ਸਭ ਤੋਂ ਉੱਤੇ ਸਮਾਜ ਦੇ ਵਿੱਚ ਜਿਸ ਸਮਾਜ ਦੇ ਵਿੱਚ ਔਰਤਾਂ ਦਾ ਸਨਮਾਨ ਨਹੀਂ ਜਿਸ ਸਮਾਜ ਦੇ ਵਿੱਚ ਔਰਤਾਂ ਦੀ ਇੱਜ਼ਤ ਨਹੀਂ ਹੁੰਦੀ ਉਹ ਸਮਾਜ ਰਹਿੰਦਾ ਹੀ ਨਹੀਂ ਉਹ ਸਮਾਜ ਹਿੱਲ ਜਾਂਦਾ ਤੜਕ ਜਾਂਦਾ ਤੁਸੀਂ ਔਰਤਾਂ ਬਾਰੇ ਕੋਈ ਗੱਲ ਕਰ ਰਹੇ ਹੋ ਕਿ ਉਹਨਾਂ ਲੇਡੀਜ਼ ਬਾਰੇ ਉਹਨਾਂ ਬੱਚਿਆਂ ਬਾਰੇ ਗੱਲ ਕਰੀਏ ਜਿੰਨਾਂ ਨੇ ਹਲੇ ਜਨਮ ਲੈਣਾ ਕਿ ਉਹਨਾਂ ਦੀ ਡਿਲੀਵਰੀ ਕਿਵੇਂ ਹੋਏ ਉਹ ਬੱਚੇ ਨੂੰ ਜਨਮ ਕਿਵੇਂ ਦੇਣਾ ਸੋ ਇਹ ਸਭ ਚੀਜ਼ਾਂ ਜਿਹੜੀ ਸੈਂਸਿ ਤੁਸੀਂ ਇਮੋਸ਼ਨਲ ਮੁੱਦੇ ਚੁੱਕਦੇ ਪਏ ਹੋ ਜਿਹੜੇ ਸੱਚੇ ਮੁੱਦੇ ਨੇ ਐਕਚੁਅਲ ਮੁੱਦੇ ਨੇ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਦੇ ਮੁੱਦੇ ਨੇ ਉਹਨਾਂ ਬਾਰੇ ਕੋਈ ਗੱਲ ਹੀ ਨਹੀਂ ਕਰਦੇ ਪਏ ਹੂੰ ਸੋ ਇਮੋਸ਼ਨਸ ਦੀ ਸਿਆਸਤ ਛੱਡ ਕੇ ਜੇ ਅਸੀਂ ਸੱਚਾਈ ਦੀ ਸਿਆਸਤ ਤੇ ਆਈਏ ਜਿਵੇਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀਗਾ ਜੇ ਉਹ ਤੇ ਆਈਏ ਤਾਂ ਕਿੰਨੀ ਚੰਗੀ ਗੱਲ ਹੋਵੇ ਪਰ ਉਹਦੇ ਨਾਲ ਲੋਕ ਜੁੜਨਗੇ ਕਿਉਂਕਿ ਲੋਕਾਂ ਨੂੰ ਲੱਗੇਗਾ ਕਿ ਸਾਡੀਆਂ ਸਮੱਸਿਆਵਾਂ ਹਲ ਹੁੰਦੀਆਂ ਪਈਆਂ ਇੱਥੇ ਤਾਂ ਲੋਕਾਂ ਨੂੰ ਲੱਗਦਾ ਕਿ ਆਪਸ ਵਿੱਚ ਲੱਗੇ ਹੋਏ ਨੇ ਇੱਕ ਦੂਜੇ ਨੂੰ ਬਿਆਨ ਕਰਨ ਆਪਸ ਦੇ ਵਿੱਚ ਇੱਕ ਦੂਜੇ ਦੀ ਤਾਰੀਫ ਕਰਦੇ ਨੇ ਆਪਸ ਦੇ ਵਿੱਚ ਇੱਕ ਦੂਜੇ ਦੀ ਨਿੰਦਾ ਕਰਦੇ ਨੇ ਸਾਡੀ ਤਾਂ ਕੋਈ ਗੱਲ ਨਹੀਂ ਹੁੰਦੀ ਵੀ ਤੇ ਅਸੀਂ ਲੈਣਾ ਦੇਣਾ ਕੀ ਹੈ ਅੱਗੇ ਸਰਕਾਰਾਂ ਕਰਦੀਆਂ ਕਿ ਆਂਦੇ ਜਦੋਂ ਮੁੱਦਿਆਂ ਤੋਂ ਪਰੇ ਟਾਉਣਾ ਲੋਕਾਂ ਨੂੰ ਨਾ ਜੇ ਉਹਨਾਂ ਨੂੰ ਧਿਆਨ ਇਸ ਪਾਸੇ ਸਾਈਡ ਤੇ ਕਰਨਾ ਤੇ ਇਹਨਾਂ ਨੂੰ ਆਪੋ ਚਲੜਾ ਦਿਓ ਉਹ ਫਿਰ ਜਦੋਂ ਲੜਾਈ ਕਰਨਗੇ ਉਹਨਾਂ ਨੂੰ ਸਰਕਾਰ ਦਾ ਚੇਤਾ ਹੀ ਭੁੱਲ ਜੂਗਾ ਤੇ ਅਸੀਂ ਇਹਨਾਂ ਕੋ ਕੀ ਮੰਗਣਾ ਤੇ ਕੀ ਕਰਨਾ ਕਿ ਇਹ ਬੰਦੇ ਨੇ ਲੜਦਿਆਂ ਲੜਦਿਆਂ ਤੁਰਦਾ ਜਾ ਰਿਹਾ ਹੈਗਾ ਉਹਨਾਂ ਦਾ ਜੇ ਜਦੋਂ ਲੜ ਰਹੇ ਤਾਂ ਦਾ ਯਾਰ ਮੇਰੀ ਜੁੱ ਪ ਹ ਉਹ ਲੱਭੜੇ ਨਹੀਂ ਹਨ ਉਹਦੇ ਬਾਅਦ ਕਹਿੰਦਾ ਯਾਰ ਮੇਰੇ ਹੱਥ ਚ ਖੁੰਡਾ ਉਹ ਕਿਨੇ ਖੋ ਲਿਆ ਉਹ ਵੀ ਨਹੀਂ ਲੱਭ ਰਿਹਾ ਮੁੜ ਕੇ ਕਹਿੰਦਾ ਯਾਰ ਮੇਰੀ ਤੋਤੀ ਉਹ ਕਿਧਰ ਗਈ ਉੜ ਕੇ ਆਂਦਾ ਮੇਰੀ ਯਾਰ ਉਹ ਮਾ ਨਾਲ ਬੰਨਿਆ ਮੈਂ ਆਪਾਂ ਸਾਫਾ ਪਰਣਾ ਉਹ ਕਿੱਥੇ ਗਿਆ ਉਹ ਮੈਂ ਉਹਨਾਂ ਲੱਭੂਗਾ ਆਂਦਾ ਸਾਰਿਆਂ ਨੂੰ ਉਹ ਕਰਦਿਆਂ ਕਰਦਿਆਂ ਸਾਰਾ ਕੁਝ ਗਵਾ ਲਿਆ ਉਹ ਮੁੜ ਕੇ ਉਹਨਾਂ ਆਂਦਾ ਵੀ ਤਨ ਹੁਣ ਕੀ ਲੱਭਣਾ ਚਾਹੁੰਦਾ ਆਂਦਾ ਜੀ ਮੇਰਾ ਤਾਂ ਸਾਰਾ ਕੁਝ ਗਵਾਜ ਗਿਆ ਮੈਂ ਲੱਭਣਾ ਹੁਣ ਤਾਂ ਮੈਂ ਨੰਗ ਤੜੰਗਾ ਤੁਰਿਆ ਫਿਰਦਾ ਇਹ ਗੱਲ ਹੁੰਦੀ ਆ ਜਦੋਂ ਸਾਰਾ ਕੁਝ ਗਵਾ ਗਲਿੰਦੇ ਲੋਕ ਨਾ ਫਿਰ ਬੇਬਸ ਹੋ ਕੇ ਕਹਿੰਦੇ ਕਿ ਸਾਡੇ ਕੋ ਕੁਝ ਨਹੀਂ ਜਦੋਂ ਕਿ ਇਹਨਾਂ ਨੂੰ ਕਨਸੈਂਟਰੇਟ ਕਰਨਾ ਚਾਹੀਦਾ ਇੱਕ ਚੀਜ਼ ਤੇ ਕਰਨਾ ਚਾਹੀਦਾ ਰੋਜੀ ਰੋਟੀ ਤੇ ਲੋਕਾਂ ਦੇ ਬੱਚਿਆਂ ਦੀ ਪਰਵਰਿਸ਼ ਤੇ ਕਰਨਾ ਚਾਹੀਦਾ ਆਪਣੇ ਸਟੇਟਸ ਬਾਰੇ ਦੇਖਣਾ ਚਾਹੀਦਾ ਕੰਮ ਬਾਰੇ ਕੰਮ ਜਿਹੜਾ ਦੇ ਜਿਹੜਾ ਕੰਮ ਹੈ ਨਾ ਬਹੁਤ ਵੱਡੀ ਵਰਕਸ਼ਿਪ ਆ ਇਹ ਬਹੁਤ ਵੱਡੀ ਪੂਜਾ ਕੰਮ ਦੀ ਬਾਰਲਦੇਸ਼ਾਂ ਚ ਇਹੀ ਇੱਕ ਸਭ ਤੋਂ ਪਹਿਲਾਂ ਇਹਨੂੰ ਮੱਥਾ ਤੇ ਕੋਈ ਕੰਮ ਤੇ ਜਿੱਥੋਂ ਰੋਜੀ ਮਿਲਣੀ ਰੋਟੀ ਮਿਲਣੀ ਆ ਨਾ ਕਿ ਇਹਨਾਂ ਚੀਜ਼ਾਂ ਤੋਂ ਮਿਲਣਾ ਇਹਨਾਂ ਚੋਂ ਨਹੀਂ ਮਿਲਣਾ ਕੁਝ ਵੀ ਇਹਨਾਂ ਚੋਂ ਰੌਲਾ ਮਿਲਣਾ ਲੜਾਈ ਮਿਲਣੀ ਆ ਤੇ ਤੁਹਾਡੇ ਤੇ ਲੋਕਾਂ ਦੇ ਦੋਸ਼ ਮੜੇ ਮਿਲਣੇ ਇਹ ਮਿਲਣਾ ਇਸ ਕਰਕੇ ਲੋਕ ਹਮੇਸ਼ਾ ਪੜ੍ਹੇ ਲਿਖੇ ਵੀ ਉੱਥੇ ਤੁਰੇ ਫਿਰਦੇ ਆਂ ਅਨਪੜ੍ਹੇ ਵੀ ਤੁਰੇ ਫਿਰਦੇ ਆਂ ਤੁਸੀਂ ਕਿਸੇ ਵੀ ਡੇਰੇ ਜਾਗ ਦੇਖ ਲਿਓ ਚੰਗੇ ਭਲੇ ਸੂਟਡ ਬੂਟਡ ਲੋਕ ਆ ਟਾਈਆਂ ਬਨੀਆਂ ਬੜੇ ਤਰੀਕੇ ਨਾਲ ਸੋਹਣੇ ਤਰੀਕੇ ਨਾਲ ਉੱਥੇ ਰੌਲਾ ਪਾ ਰਹੇ ਉੱਥੇ ਇਹ ਡੇਰਿਆਂ 'ਚ ਇਹ ਗੱਲ ਹੈਗੀ ਕੱਲ ਤੇ ਹੀ ਪਰ ਪਹਿਲਾਂ ਗੱਲਾਂ ਨਹੀਂ ਸੀਗੀਆਂ ਪਹਿਲਾਂ ਜਿਹੜੇ ਜਿਹੜੇ ਮੁੱਦਿਆਂ ਤੇ ਇਹ ਲੋਕ ਆਸਾਨੀ ਨਾਲ ਬੋਲ ਸਕਦੇ ਨੇ ਜਾਂ ਜਿਹੜੇ ਮੁੱਦਿਆਂ ਤੇ ਇਹਨਾਂ ਦੀ ਸਟੱਡੀ ਹੈਗੀ ਐ ਇਹ ਉਹਨਾਂ ਮੁੱਦਿਆਂ ਤੇ ਗੱਲ ਕਰਨਗੇ ਔਰ ਉਹਨਾਂ ਮੁੱਦਿਆਂ ਨੂੰ ਕੈਸ਼ ਕਿਵੇਂ ਕਰਨਾ ਹੈ ਖੁਦ ਨਾਮ ਕਮਾਉਣ ਵਾਸਤੇ ਸੱਤਾ 'ਚ ਕਾਇਮ ਰਹਿਣ ਵਾਸਤੇ ਖੁਦ ਆਪਣੀ ਜਿਹੜੇ ਕਹਿੰਦੇ ਆ ਨਾ ਕਿ ਚੌਧਰ ਕਾਇਮ ਕਰਨ ਵਾਸਤੇ ਉਹਨਾਂ ਮੁੱਦਿਆਂ ਦਾ ਇਸਤੇਮਾਲ ਕਿਵੇਂ ਕਰਨਾ ਇਹ ਉਹ ਹੀ ਕਰਨਗੇ ਜਿੰਨਾਂ ਵਾਸਤੇ ਪੂਰੀ ਰਿਸਰਚ ਚਾਹੀਦੀ ਪੂਰੀ ਖੋਜ ਚਾਹੀਦੀ ਆ ਉਹਨਾਂ ਮੁੱਦਿਆਂ ਤੇ ਕੋਈ ਗੱਲ ਨਹੀਂ ਕਰਨਗੇ ਕਿਉਂਕਿ ਉੱਤੇ ਮਿਹਨਤ ਲੱਗਦੀ ਆ ਮਿਹਨਤ ਕਰਨੀ ਨਹੀਂ ਹੈ ਜਿੱਥੇ ਦਿਮਾਗ ਲੱਗਣਾ ਮਿਹਨਤ ਲੱਗਣੀ ਜਿੱਥੇ ਪੜ੍ਹਾਈ ਲੱਗਣੀ ਹੈ ਉੱਥੇ ਲੋਕਾਂ ਦਾ ਧਿਆਨ ਨਿਊਗਾ ਲੋਕ ਪਤਾ ਕੀ ਹੁੰਦੇ ਆ ਜਿੱਥੇ ਘੜਮਾਸਾ ਚਾਹਦੇ ਆ ਜਿੱਥੇ ਰੌਲਾ ਜਿੱਥੇ ਹਨੇਰਾ ਉੱਥੇ ਲੋਕ ਰੌਲਾ ਪਾਉਣਗੇ ਕਿਉਂਕਿ ਉੱਥੇ ਅੱچھے ਦਿਮਾਗ ਨਹੀਂ ਹੋਣਗੇ ਜਿਹੜੇ ਅੱਛੇ ਸੋਚ ਵਾਲੇ ਆ ਅੱਛੇ ਆਈਕਿਊ ਵਾਲੇ ਲੋਕ ਹੈਗੇ ਉਹ ਹਨੇਰੇ ਤੋਂ ਵੀ ਡਰਨਗੇ ਰੌਲੇ ਤੋਂ ਵੀ ਡਰਨਗੇ ਉੱਥੇ ਨਹੀਂ ਆਉਣਗੇ ਜਿੱਥੇ ਜ਼ਿਆਦਾ ਲੋਕ ਹੋਣਗੇ ਜਿੱਥੇ ਜ਼ਿਆਦਾ ਭੀੜ ਹੋਗੀ ਉੱਥੇ ਮੌਤਾਂ ਵੀ ਜ਼ਿਆਦਾ ਹੋਣਗੀਆਂ ਰੌਲਾ ਵੀ ਜ਼ਿਆਦਾ ਹੋਊਗਾ ਉੱਥੇ ਨੁਕਸਾਨ ਵੀ ਜ਼ਿਆਦਾ ਹੋਊਗਾ ਜਿਹੜੀ ਭੀੜ ਦਾ ਮਾਰਿਆ ਬੰਦਾ ਨਹੀਂ ਲੱਭਦਾ ਕਿ ਜਿਹਦਾ ਇੱਕ ਧੱਕਾ ਵੱਜ ਗਿਆ ਤੇ ਬੰਦਾ ਗਿਆ ਬੰਦੇ 'ਚ ਹੁੰਦਾ ਕੀ ਹੈ ਅਗਰ ਫੁੱਟਪਾਥ ਤੇ ਜਾ ਸੁੱਟਦਾ ਡਿੱਗਾ ਇਸ ਕਰਕੇ ਜਿਹੜੀ ਭੀੜ ਭੜਕਾ ਉਹ ਲੋਕਾਂ ਨੂੰ ਬਚਣਾ ਚਾਹੀਦਾ ਆਪਣੇ ਤਰੀਕੇ 'ਚ ਰਹਿਣਾ ਚਾਹੀਦਾ ਬਹਾਦਰ ਦੇਸ਼ਾਂ 'ਚ ਨਹੀਂ ਆਪਣੇ ਕੜਮਾਂ 'ਚ ਆਉਣਾ ਜ਼ਿਆਦਾ ਬਿਲਕੁਲ ਔਰ ਇਦਾਂ ਦੇ ਆਗੂ ਇਦਾਂ ਦੇ ਲੀਡਰ ਜੀ ਪੰਜਾਬ ਨੂੰ ਕਿੱਧਰ ਲੈ ਕੇ ਜਾਣਗੇ ਜਾਂ ਕਿੱਧਰ ਲੈ ਕੇ ਜਾ ਰਹੇ ਨੇ ਉਹ ਵਾਕਈ ਰੱਬ ਹੀ ਰੱਖ ਹੈ ਹਾਂ ਬਿਲਕੁਲ ਸੋ ਅੱਗੇ ਵਧੀਏ ਆਪਾਂ ਜ਼ਰੂਰ ਆ ਸਰਕਾਰ ਦੇ ਕੰਮਕਾਜ ਦੇ ਵਿੱਚ ਕਦੀ ਦਖਲ ਨਹੀਂ ਦਿੱਤਾ ਤੇ ਪੰਜਾਬ ਸਰਕਾਰ ਦਾ ਰਵਈਆ ਮੇਰੇ ਲਈ ਠੀਕ ਨਹੀਂ ਮੇਰੇ ਪ੍ਰਤੀ ਪੰਜਾਬ ਸਰਕਾਰ ਦਾ ਰਵਈਆ ਠੀਕ ਨਹੀਂ ਇਧਰ ਸੀਐਮ ਕਹਿ ਰਹੇ ਨੇ ਕਿ ਰਾਜਪਾਲ ਸਾਹਿਬ ਦਾ ਰਵਈਆ ਠੀਕ ਨਹੀਂ ਰਾਜਪਾਲ ਸਾਹਿਬ ਕਹਿ ਰਹੇ ਨੇ ਕਿ ਸੀਐਮ ਸਾਹਿਬ ਦਾ ਰਵਈਆ ਠੀਕ ਨਹੀਂ ਇਹ ਬਨਵਾਰੀ لال ਪ੍ਰੋਹਿਤ ਜੀ ਜਿਹੜੇ ਸਾਡੇ ਪੰਜਾਬ ਦੇ ਰਾਜਪਾਲ ਨੇ ਉਹ ਕਹਿ ਰਹੇ ਨੇ ਕਿ ਇੱਕ ਵੱਡੇ ਨੇ ਉਹ ਬਜ਼ੁਰਗ ਵੀ ਨੇ ਔਰ ਪੋਸਟ ਵੀ ਹੈ ਉਹਨਾਂ ਦੀ ਵੱਡੀ ਕਹਿੰਦੇ ਪਰਵਾਹ ਨਹੀਂ ਕਰਦੇ ਇਹ ਮੁੰਡੇ ਖੁੰਡੇ ਜਿਹੜੇ ਅੱਜ ਕੱਲ੍ਹ ਦੀ ਸਿਆਸਤ ਦੇ ਚਾਏ ਹੋਏ ਨੇ ਤੇ ਵਾਕਈ ਉਹ ਸਾਰੇ ਮੁੰਡੇ ਖੁੰਡੇ ਨਹੀਂ ਨੇ ਨਾ ਉਹਨਾਂ ਦੇ ਸਾਹਮਣੇ ਕਿਉਂਕਿ ਉਹ ਤਾਂ ਜਵਾਨ ਨੇ ਤੇ ਇਹ ਬਜ਼ੁਰਗ ਨੇ ਇਹ ਕੁਝ ਆਪਣੀ ਪੋਸਟ ਜੋ ਇਹਨਾਂ ਨੇ ਅਰਨ ਕੀਤੀ ਹੈ ਹੀ ਇਸ ਦਾ گورنر ਉਸ ਨਾਤੇ ਵੀ ਗੱਲ ਕਰਦੇ ਨੇ ਇੱਕ ਬਜ਼ੁਰਗ ਦੇ ਨਾਤੇ ਵੀ ਗੱਲ ਕਰਦੇ ਨੇ ਸੋ ਇਹ ਸਾਰੀ ਕਹਾਣੀ ਬਣੀ ਹੋਈ ਹੈ ਨਾਰਾਜ਼ਗੀ ਨਾਰਾਜ਼ਗੀ ਚਲਦੀ ਪਈ ਹੈ ਇਹ ਬੜਾ ਵੱਡਾ ਟਕਰਾ ਰਿਆ ਮੁੱਖ ਮੰਤਰੀ ਪੰਜਾਬ ਤੇ گورنر ਪੰਜਾਬ ਦੋਹਾਂ ਦਾ ਔਰ ਜਿੰਨੇ ਮਸਲੇ ਨਾਲ ਕੋ ਜਾਨਦੇ ਰਿਹਾ ਹੈ ਇਹ ਵੈਸੇ ਵਾਪਸ ਹੀ ਕਰਦੇ ਰਿਹਾ ਹੋ ਸਕਦਾ ਉਹਨਾਂ ਕੋ ਪੂਰੀ ਤਰ੍ਹਾਂ ਫਾਈਲ ਦਾ ਵਰਕ ਜਿਹੜਾ ਹੁੰਦਾ ਉਹਨੂੰ ਨਹੀਂ ਬਣਾ ਕੇ ਭੇਜਿਆ ਗਿਆ ਇਹਨਾਂ ਦੀ ਫਾਈਨਲ ਅਪਰੂਵਲ ਤਾਂ ਉੱਥੇ ਹੋਣੀ ਸੀ ਜਿਹੜੇ ਹੁਣ ਇੱਕ ਆਪਣੇ ਵਾਈਸ ਚਾਂਸਲਰ ਸੀਗੇ ਜਿਹਦੇ ਚ ਪੰਜਾਬ ਖੇਤੀਬਾੜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਿਪ੍ਰੀਤ ਬੀਰ ਗੋਸਲ ਜੀ ਉਹਨਾਂ ਦੀ ਅਪਾਇੰਟਮੈਂਟ ਸੀ ਗਿਆ ਮੈਨੇਜਮੈਂਟ ਬੋਰਡ ਨੇ ਤਾਂ ਉਹਨਾਂ ਨੂੰ ਕਿ ਕਰ ਦਿੱਤਾ ਸੀ ਕਿ ਕੁਆਲੀਫਾਈਡ ਆ ਇਹਨਾਂ ਨੇ ਬਹੁਤ ਕੰਮ ਕੀਤਾ ਉਹਨਾਂ ਨੂੰ ਨੋਮੀਨੇਸ਼ਨ ਹੋ ਗਈ ਪਰ ਨੋਮੀਨੇਸ਼ਨ ਤਾਂ ਹੋਣੀ ਸੀ ਜਿੰਨੀ ਦੇਰ ਤੱਕ ਫਾਈਲ ਦੀ ਅਪਰੂਵਲ ਕਰਨ ਸਾਹਬ ਕੋ ਨਹੀਂ ਹੁੰਦੀ ਉਹ ਉਹਨਾਂ ਨੇ ਸ਼ਾਇਦ ਲੇਟ ਭੇਜੀ ਜਾਂ ਕੁਝ ਭੇਜੀ ਇਹਨਾਂ ਨੇ ਉੱਤੇ ਕ੍ਰਿਟਿਕਾਈਜ਼ ਕਰਤਾ ਉਹਨਾਂ ਨੇ ਨੋ ਅਪਰੂਵ ਲਿਖ ਦਿੱਤਾ ਉਹਨਾਂ ਨੇ ਸਾਈਨ ਨਹੀਂ ਕੀਤੇ ਉਹ ਦੁਬਾਰਾ ਵਾਪਸ ਆ ਗਈ ਫਿਰ ਉਸ ਤੋਂ ਬਾਅਦ ਇਹ ਖੜਕੜਕਈਏ ਚ ਪੈ ਗਿਆ ਕੰਮ ਇਸੇ ਤਰ੍ਹਾਂ ਦੇ ਮਾਮਲਾ ਤੁਜੇ ਵੀ ਸੀਸੀ ਦੇ ਜਿਹੜੇ ਫਰੀਦਕੋਟ ਸਾਇੰਸਿਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਾਈ ਸੀਗੇ ਉਹਨਾਂ ਦੇ ਵਿੱਚ ਵੀ ਇਹੀ ਰਹਿ ਗਿਆ ਕਿ ਉਹਨਾਂ ਦੇ ਅਪੁਆਇੰਟਮੈਂਟ ਤੋਂ ਪਹਿਲਾਂ ਉਹ ਨਾਮ ਤੇ ਨਾ ਬਣਾਤਾ ਇਹਨਾਂ ਨੇ ਫਿਰ ਫਾਈਲ ਵਾਪਸ ਕਰਦੀ ਕਿ ਤਿੰਨ ਨਾਮ ਨਾਮਿਨੇਟ ਕਰੋ ਇੱਕ ਨਾਮ ਦੇ ਨਹੀਂ ਹੋਣਾ ਉਹ ਵੀ ਮਸਲਾ ਇਦਾਂ ਦਾ ਰਿਹਾ ਜੀ ਫਿਰ ਉਹਨਾਂ ਬਾਅਦ ਜਿਹੜੇ ਐਮ ਐਲ ਏ ਸੀਗੇ ਉਹਨਾਂ ਦਾ ਸੀਗਾ ਜਿਹੜਾ ਜਿਹੜੀ ਉਹਨਾਂ ਦੀ ਪੈਨਸ਼ਨ ਦਾ ਸੀ ਮਾਮਲਾ ਨਾਮਿਨੇਸ਼ਨ ਦਾ ਉਹਦੇ ਚ ਵੀ ਇਹੀ ਆ ਰਿਹਾ ਉਹ ਵੀ ਫਾਈਲ ਵਾਪਸ ਹੋ ਗਈ ਔਰ ਕੋਈ ਮਸਲਾ ਇਦਾਂ ਦਾ ਨਹੀਂ ਕਿ ਜਿਹੜਾ ਇਹਨਾਂ ਕੋ ਪਹਿਲੀ ਵਾਰੀ ਪਾਸ ਹੋਇਆ ਹੋਵੇ ਉਸ ਇਹਨਾਂ ਨੇ ਅੱਜ ਕਹਿਤਾ ਕਿ ਮੈਂ ਕਿਸੇ ਦੀ ਗੱਲ ਨਹੀਂ ਮੰਨਦਾ ਮੈਂ ਮੈਨੂੰ ਸੈਂਟਰ ਨਹੀਂ ਕਹਿ ਰਿਹਾ ਕੁਝ ਨਹੀਂ ਕਹਿ ਰਿਹਾ ਮੇਰਾ ਡਿਸੀਜਨ ਆਪਣਾ ਡਿਸੀਜਨ ਹੈ ਮੈਂ ਚਾਹਣਾ ਕਿ ਮੈਨੂੰ ਪਹਿਲਾਂ ਪੁੱਛਣ ਮੈਂ ਕਾਨੂੰਨੀ ਤੌਰ ਤੇ ਉਹਨੂੰ ਉਸੇ ਤਰ੍ਹਾਂ ਦੀ ਕੋ ਅਪਰੂਵਲ ਦੇ ਦੂੰਗਾ ਉਹਨੂੰ ਪਾਸ ਕਰ ਦੂੰਗਾ ਪਰ ਮੈਨੂੰ ਪੁੱਛ ਤਾਂ ਲੈਣ ਕਿ ਇਹ ਕੀ ਕਰ ਰਿਹਾ ਹੋ ਸਕਦਾ ਹੈ ਇਧਰ ਵੀ ਕਾਲੀ ਦਾ ਕੰਮ ਹੋਵੇ ਨਹੀਂ ਦੇਖਦੇ ਜਦੋਂ ਕਿ ਇਹਨਾਂ ਦੇ ਜਿਹੜੇ ਨਾਲ ਲੀਗਲੀ ਲੋਕ ਨੇ ਜਿਹੜੇ ਬੈਠੇ ਆ ਉਹਨਾਂ ਦੇ ਨਾਲ ਆਪਣੇ ਮੁੱਖ ਮੰਤਰੀ ਦੇ ਉਹਨਾਂ ਨੂੰ ਚਾਹੀਦਾ ਕਿ ਪਹਿਲਾਂ ਮਸਲੇ ਨੂੰ ਤੈਅ ਤੱਕ ਜਾ ਕੇ ਪਤਾ ਕਰਨ ਕਿ ਗਵਰਨਰ ਦੀ ਅਪਰੂਵਲ ਕਿੱਥੋਂ ਨਹੀਂ ਕੁਝ ਮਸਲੇ ਜਿਹੜੇ ਆ ਮੁੱਖ ਮੰਤਰੀ ਆਪ ਕਰਦਾ ਉਹ ਆਪਣਾ ਡਿਸੀਜਨ ਆਪ ਲੈ ਸਕਦਾ ਜਿੱਦਾਂ ਉਹ ਡੀਏ ਦੇਣ ਦਾ ਮਸਲਾ ਦੇ ਦਿੱਤਾ ਪੈਨਸ਼ਨ ਦਾ ਮਸਲਾ ਸੀ ਹੋ ਗਿਆ ਕੁਝ ਮਸਲੇ ਜਿਹੜੇ ਸਬਦਾਨ ਨਾਲ ਜੁੜਦੇ ਆਗੇ ਜਿਹਦੋਂ ਸਬਦਾਨ ਦੇ ਆਗੂ ਕੋਣ ਨੇ ਗਵਰਨਰ ਔਰ ਗਵਰਨਰ ਕੋ ਸਾਈਨ ਹੋਣੇ ਜ਼ਰੂਰੀ ਹੈਗੇ ਜਿੰਨੀਆਂ ਅਪੁਆਇੰਟਮੈਂਟ ਹੈਗੀਆਂ ਉਹਨਾਂ ਦੇ ਅਪੁਆਇੰਟਮੈਂਟ ਦੇ ਸਾਈਨ ਜਿਹੜੇ ਉਹਨਾਂ ਨੇ ਗਵਰਨਰ ਨੇ ਕਰਨੇ ਆ ਜਿਸ ਤਰ੍ਹਾਂ ਜਦੋਂ ਆਪਣੇ ਰਾਸ਼ਟਰਪਤੀ ਦਿਲਾਉਂਦਾ ਚੀਫ ਜਸਟਿਸ ਦਾ ਜਿਹੜਾ ਅਹੁਦਾ ਉਹਨੂੰ ਸੰਭਾਲਣ ਦੀ ਰਾਸ਼ਟਰਪਤੀ ਦਾ ਜਿਹੜਾ ਅਧਿਕਾਰ ਹੁੰਦਾ ਉਹ ਸੌ ਵੀ ਉਹਨਾਂ ਨੂੰ ਉਹ ਕਮੰਡਾ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਹੀਂ ਹੁੰਦਾ ਔਰ ਇਸ ਤਰ੍ਹਾਂ ਦੀਆਂ ਜੜੀਆਂ 150 ਦਾ ਅਕੋਰਡਿੰਗ ਬਣੀਆਂ ਨੇ ਪਰੰਪਰਾ ਜਾਂ ਜਿਹੜੇ ਰੂਲ ਬਣੇ ਆ ਜੇ ਅਸੀਂ ਉਹਨਾਂ ਨੂੰ ਨਹੀਂ ਫਾਲੋ ਕਰਾਂਗੇ ਤਾਂ ਰੌਲਾ ਤਾਂ ਜ਼ਿਆਦਾ ਰਿਹਾ ਇਹ ਚ ਕੀ ਰੁਕੇਗਾ ਲੋਕਾਂ ਦੀ ਵਿਕਾਸ ਰੁਕੂਗਾ ਪੰਜਾਬ ਦਾ ਸਾਰਾ ਸੂਬਾ ਜਿਹੜਾ ਫਿਰ ਟੈਂਦੀਆਂ ਕਲਾ ਵਾਲੇ ਪਾਸੇ ਆਊਗਾ ਇਹਦੇ 'ਚ ਨਾ ਬਲਕਰ ਜੀ ਪਰਸਨਲ ਈਗੋ ਆ ਜਾਂਦਾ ਜਸ ਇਹੀ ਗੱਲ ਇਹੀ ਮੈਂ ਕਹਿਣ ਲੱਗਾ ਦੇਖੋ ਨਾ ਮਸਲੇ ਨੇ ਲੋਕਾਂ ਨੇ ਤੁਹਾਨੂੰ ਚੁਣ ਕੇ ਬਿਠਾਇਆ ਆ ਆਪਸ ਦੀ ਈਗੋ ਦੇ ਟਕਰਾਵ ਵਾਸਤੇ ਤਾਂ ਨਹੀਂ ਬਿਠਾਇਆ ਸਹੀ ਗੱਲ ਲੋਕਾਂ ਨੇ ਆਪਣੇ ਕੰਮ ਕਰਵਾਉਣ ਵਾਸਤੇ ਬਿਠਾਇਆ ਹੁਣ ਸੀਐਮ ਗਵਰਨਰ ਦੇ ਨਾਲ ਟਕਰਾ ਕਰਨ ਗਵਰਨਰ ਸੀਐਮ ਦੇ ਨਾਲ ਟਕਰਾ ਕਰਨ ਇਹ ਆਪਸ ਟਕਰਾਅ ਚੱਲਦਾ ਰਵੇ ਤੇ ਇੱਥੇ ਪੰਜਾਬ ਦੇ ਲੋਕ ਬੈ ਕੇ ਦੇਖੀ ਜਾਂਦੇ ਦੋਵਾਂ ਨੂੰ ਹਾਂ ਦੋਵਾਂ ਦਾ ਇਹ ਵਤੀਰਾ ਦੇਖੀ ਜਾਂ ਕੇ ਦੋਵੇਂ ਕਰਦੇ ਕੀ ਮਤਲਬ ਇਹ ਤਾਂ ਗੱਲ ਹੀ ਨਾ ਬਣੀ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਕੋਈ ਇਹ ਭੁੱਲ ਗਿਆ ਕਿ ਸਾਨੂੰ ਬਣਾਇਆ ਕਿਨੇ ਆ ਇਹ ਲੱਗਦਾ ਕਿ ਅਸੀਂ ਆਪ ਹੀ ਇਹਦੇ ਵਿੱਚ ਇੰਟਰਵਿਊ ਦੇ ਕੇ ਪਾਸ ਹੋ ਕੇ ਆ ਗਏ ਬਣਾਇਆ ਤਾਂ ਲੋਕਾਂ ਨੇ ਨਾ ਮਤਲਬ ਇਹ ਹੈ ਕਿ ਜਿਹੜਾ ਇਹ ਵਤੀਰਾ ਹੈ ਬਿਹੇਵੀਅਰ ਹੈ ਜਿਹੜਾ ਇਹ ਅਫੀਸ਼ੀਅਲ ਬਿਹੇਵੀਅਰ ਹੈ ਔਰ ਇਸ ਲੈਵਲ ਤੇ ਤੁਸੀਂ ਬੈਠੇ ਹੋਏ ਹੋ ਉਹਦੇ ਵਿੱਚ ਮੈਚਿਓਰਿਟੀ ਦਿਖਣੀ ਚਾਹੀਦੀ ਹੈ ਮੈਚਿਓਰਿਟੀ ਨਹੀਂ ਦਿਖਦੀ ਪਈ। ਨਹੀਂ ਸਹੀ ਹੈ। ਇਹ ਕੀ ਹੁੰਦਾ ਕਿ ਪਿਆ। ਸੋ ਇਹ ਰੀਜ਼ਨਸ ਨੇ ਇਸ ਕਰਕੇ ਜੋ ਪਬਲਿਕ ਧਿਆਨ ਦਿੰਦੀ ਹੈ ਉਹ ਇਹ ਸੋਚਦੀ ਆ ਕਿ ਜਿਹੜੇ ਸਾਡੇ ਮਸਲੇ ਨੇ ਇਹ ਤੁਸੀਂ ਕਦੋਂ ਹੱਲ ਕਰਦੇ ਨੇ ਤੁਸੀਂ ਆਪਸ ਵਿੱਚ ਈਗੋ ਕਲੈਸ਼ ਹੁੰਦੀ ਰਹੇਗੀ ਤੇ ਕਿੱਦਾਂ ਚੱਲਣਾ ਕੰਮ। ਸੋ ਇਹ ਗੱਲਾਂ ਨੇ ਉਧਰ ਕੋਈ ਨਾ ਕੋਈ ਸਟੇਟਮੈਂਟ ਆ ਜਾਏਗੀ। ਕੋਈ ਗਵਰਨਰ ਸਾਹਿਬ ਦੇ ਖਿਲਾਫ ਬੋਲਦਾ ਕੋਈ ਸੀਐਮਸ ਦੇ ਖਿਲਾਫ ਬੋਲਦਾ। ਮ ਹੂੰ ਇਹ ਤੁਸੀਂ ਆਪਸ ਹੀ ਲੱਗੇ ਹੋਏ ਹੋ ਅਸੀਂ ਇੱਥੇ ਤਮਾਸ਼ਾ ਦੇਖਣ ਵਾਸਤੇ ਆ ਡਰਾਮਾ ਦੇਖਣ ਵਾਸਤੇ ਬੈਠੇ ਹੋਏ ਤੁਹਾਡੇ ਲੋਕਾਂ ਦਾ ਜਾਂ ਅਸੀਂ ਵਾਕਈ ਇਸ ਗੱਲ ਦਾ ਉਮੀਦ ਲੈ ਕੇ ਬੈਠੇ ਆ ਕਿ ਤੁਸੀਂ ਸਾਡੇ ਮਸਲੇ ਹੱਲ ਕਰੋਗੇ ਵਾਕਈ ਰੰਗਲਾ ਪੰਜਾਬ ਬਣੇਗਾ ਸਾਡੀਆਂ ਮੁਸੀਬਤਾਂ ਹੱਲ ਹੋਣਗੀਆਂ ਮਤਲਬ ਇਹ ਟਕਰਾਓ ਜਿਹੜੇ ਨੇ ਨਾ ਆਫੀਸ਼ੀਅਲ ਟਕਰਾਓ ਜਿਹੜੇ ਨੇ ਇਹ ਪਬਲਿਕ ਵਾਸਤੇ ਬਹੁਤ ਕਾਤਕ ਸਿੱਧ ਹੁੰਦੇ ਨੇ ਸੂਬੇ ਵਾਸਤੇ ਕਾਤਕ ਸਿੱਧ ਹੁੰਦੇ ਨੇ ਔਰ ਇੰਨਾ ਗੱਲਾਂ ਨਹੀਂ ਆ ਦਿਨ ਦਿਖਾਏ ਹੋਏ ਨੇ ਕਿ ਖਜ਼ਾਨੇ ਖਾਲੀ ਨੇ ਵਿਕਾਸ ਦੇ ਨਾਂ ਤੇ ਕੁਝ ਵੀ ਨਹੀਂ ਇੰਡਸਟਰੀ ਦੇ ਨਾਂ ਤੇ ਕੁਝ ਵੀ ਨਹੀਂ ਐਗਰੀਕਲਚਰ ਦਾ ਪੱਠਾ ਬੈਠਿਆ ਹੋਇਆ ਤੇ ਇਹ ਆਪਸ ਦੀਆਂ ਖਹਿ ਬਾਜ਼ੀਆਂ ਆਪਸ ਦੀਆਂ ਈਗੋ ਕਲੈਸ਼ਸ ਇਹ ਸਾਂ ਨਹੀਂ ਲੈਂਦੀਆਂ ਮੈਂ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਮਤਲਬ ਕੀ ਨਹੀਂ ਮੰਨਣਾ ਤੁਹਾਡੇ ਮੰਦਰ ਨੂੰ ਦੇਖੀਏ ਜਾਂ ਸੂਬੇ ਨੂੰ ਦੇਖੀਏ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖੀਏ ਇੱਥੇ ਨਸ਼ਿਆਂ ਦਾ ਹਾਲ ਦੇਖੋ ਗੈਂਗਸਟਰਸ ਦੇ ਫੋਨ ਆਉਂਦੇ ਔਰ ਜਵਾਨ ਜਿਹੜੇ ਲੋਕ ਪੰਜਾਬ ਛੱਡ ਕੇ ਬਾਹਰ ਜਾ ਰਹੇ ਜਿਹੜੇ ਬਾਹਰ ਹੋਏ ਸੀਗੇ ਕਿ ਚੰਡੀਗੜ੍ਹ 에어ਪੋਰਟ ਦਾ ਨਾਮ ਜਦੋਂ ਭਗਤ ਸਿੰਘ ਜੀ ਦੇ ਨਾਂ ਤੇ ਰੱਖਿਆ ਜਾਣਾ ਔਰ ਉਹਦੇ ਤੇ ਸੈਂਟਰ ਤੋਂ ਆ ਰਹੇ ਆ सीतारामन ਜਾਰੇ ਮੰਤਰੀ ਵਿਤ ਮੰਤਰੀ ਦੂਸਰੇ ਗਵਰਨਰ ਨੇ ਆਪਣੇ ਇਹ ਤੋਂ ਪੰਜਾਬ ਦੇ ਔਰ ਮੁੱਖ ਮੰਤਰੀ ਪੰਜਾਬ ਇਹ ਬੈਠੇ ਉੱਥੇ ਆ ਕਿਸੇ ਦਾ ਮੂੰਹ ਦਖਣ ਵਾਲਾ ਕਿਸੇ ਦਾ ਪਛਮ ਵਾਲਾ ਕਿਸੇ ਦਾ ਪੂਰਬ ਵਾਲਾ ਆਪੋਚ ਮਿਲੇ ਨਹੀਂ ਜਦੋਂ ਕਿ ਇੱਕ ਇੰਨੇ ਵੱਡੇ ਸ਼ਹੀਦ ਦੇ ਨਾਂ ਤੇ ਇੰਨਾ ਵੱਡਾ ਰਤਬੇ ਦੇ ਤੌਰ ਤੇ ਉਹ 에ਰਪੋਰਟ ਦਾ ਨਾਂ ਰੱਖਿਆ ਜਾ ਰਿਹਾ ਔਰ ਇਹ ਇਹਨਾਂ ਨੂੰ ਅਦਬ ਸਤਕਾਰ ਕਰਨਾ ਚਾਹੀਦਾ ਪੋਲੀਟੀਕਲ ਲੜਾਈ ਹੋਰ ਹੁੰਦੀ ਆ ਅਦਬ ਸਤਕਾਰ ਜਿਹੜਾ ਹੈਗਾ ਉਹ ਹੋਰ ਹੁੰਦਾ ਮਨ ਚ ਇਤੋਂ ਪਤਾ ਲੱਗਦਾ ਕਿ ਉਹਨਾਂ ਦਾ ਪਗਲ ਸਿੰਘ ਜੀ ਬਾਰੇ ਇਹਨਾਂ ਕੋਈ ਉਹ ਹੈ ਹੀ ਨਹੀਂਗਾ ਕਿ ਜਿੰਨਾ ਇਹ ਲੋਕ ਪਾਛਣਾ ਚ ਬੋਲਦੇ ਨਹੀਂ ਤਾਂ ਉਹਨਾਂ ਨੂੰ ਉਸੇ ਵੇਲੇ ਸੀਸ ਚੁਕਾ ਕੇ ਬਹਿਣਾ ਚਾਹੀਦਾ ਸੀ ਜੋ ਕੁਝ ਕੀਤਾ ਉਹਨਾਂ ਨੇ ਚੰਡੀਗੜ੍ਹ ਇਹਨਾਂ ਨੇ ਨਹੀਂ ਬਣਾਇਆ ਜਾਂ ਹਿੰਦੁਸਤਾਨ ਨੂੰ ਇਹਨਾਂ ਨੇ ਨਹੀਂ ਬਣਾਇਆ ਇਹ ਤਾਂ ਸਿਰਫ ਉਹਨਾਂ ਦੇ ਰਾਜ ਤੇ ਰਾਜ ਕਰ ਰਹੇ ਆ ਜੋ ਉਹਨਾਂ ਨੇ ਰਾਜ ਸੌਪਿਆਗਾ ਇਹਨਾਂ ਨੂੰ ਕਿੱਦਾਂ ਭੁੱਲ ਗਿਆ ਕਿ ਪਗਲ ਸਿੰਘ ਜੀ ਦੇ ਨਾਂ ਤੇ ਅੱਜ 에ਰਪੋਰਟ ਦਾ ਨਾਂ ਰੱਖਿਆ ਜਾ ਰਿਹਾ ਅਸੀਂ ਦੋਹਾਂ ਨੇ ਇੱਕ ਦੂਜੇ ਉਲਟ ਪਾਸੇ ਮੂੰਹ ਕੀਤੇ ਆ ਉੱਥੇ মিডিਆ ਧਿਆਨ ਦੇ ਰਿਹਾ ਕੈਮਰਾ ਦੇ ਤੇ ਸ਼ਾਟ ਆ ਰਹੇ ਆ ਦੁਨੀਆ ਵੇਖ ਰਹੀ ਆ ਔਰ ਇਹਨਾਂ ਨੂੰ ਇਹ ਨਹੀਂ ਪਤਾ ਕਿ মিডিਆ ਦੇ ਰਾਂ ਹੀ ਲੋਕਾਂ ਦੇ ਘਰੋਂ ਘਰ ਜਾ ਰਿਹਾ ਵੇ ਅਸੀਂ ਕੀ ਕਰ ਰਹੇ ਆ ਇਹ মিডিਆ ਤਾਂ ਅੱਜਕੱਲ ਦੋ ਮਿੰਟ ਤੇ ਲੋਕਾਂ ਤੱਕ ਵੀਡੀਓ ਭੇਜ ਦਿੰਦਾ ਮੈਂ ਇਹੀ ਗੱਲ ਕਹਿ ਰਿਹਾ ਨਾ ਕਿ ਇੱਕ ਦੂਜੇ ਦੇ ਉਲਟ ਮੂੰਹ ਕੀਤੇ ਹੋਏ ਬਸ ਇੱਕ ਦੂਜੇ ਤੋਂ ਉਲਟ ਮੂੰਹ ਕਰਕੇ ਬੈਠੇ ਹੋਏ ਨੇ ਤੇ ਅਸੀਂ ਤੁਹਾਡੇ ਮੂੰਹ ਦੇਖੀ ਚਾਹੀਦਾ ਕਿਹਦਾ ਨਿੱਜੀ ਪ੍ਰਾਪਰਟੀ ਹੈ ਸਾਰਾ ਅਸੀਂ ਤੁਹਾਡੇ ਮੂੰਹ ਥੋੜਾ ਦੇਖਣੇ ਕਿ ਕਿਹਦਾ ਮੂੰਹ ਕਿੱਧਰ ਨੂੰ ਹੈ ਕਿਹਦਾ ਮੂੰਹ ਕਿੱਧਰ ਨੂੰ ਹੈ ਤੇ ਤੁਹਾਡੇ ਦੋਵਾਂ ਦਾ ਮੂੰਹ ਸਾਡੇ ਸਾਰਿਆਂ ਵੱਲ ਹੈ ਪਬਲਿਕ ਵੱਲ ਹੈ ਦੋਵੇਂ ਰਿਪਰੈਜ਼ੈਂਟ ਕਿਨੂੰ ਕਰ ਰਹੇ ਆ ਪਬਲਿਕ ਨੂੰ ਲੋਕਾਂ ਨੂੰ ਕਰ ਰਹੇ ਆ ਹਨ ਸਾਹਿਬ ਵੀ ਉਹਨਾਂ ਨੂੰ ਕਰ ਰਹੇ ਆ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਆ ਉਹਨਾਂ ਦੇ ਪ੍ਰਤੀਨਿਧ ਨੇ ਤੇ ਭਗਵੰਤ ਮਾਨ ਜੀ ਵੀ ਉਹਨਾਂ ਨੂੰ ਕਰ ਰਹੇ ਆ ਤੇ ਜੇ ਆਪਣੇ ਆਪਣੇ ਕੁਰਸੀ ਤੇ ਆਪਣੇ ਮੂੰਹ ਸਿੱਧਾ ਰੱਖਣਗੇ ਤਾਂ ਇੱਕ ਦੂਜੇ ਨੂੰ ਕੰਨੀ ਕਤਰਾਉਣਗੇ ਇਹਦਾ ਨੁਕਸਾਨ ਗਵਰਨਮੈਂਟ ਦਾ ਨੁਕਸਾਨ ਨਹੀਂ ਗਾ ਪਬਲਿਕ ਦਾ ਨੁਕਸਾਨ ਹੈ ਔਰ ਉਹਨਾਂ ਸ਼ਹੀਦਾਂ ਦਾ ਜਿਨ੍ਹਾਂ ਦਾ ਨਾਮ ਲੈਂਦੇ ਆ ਉਹਨਾਂ ਦਾ ਨੁਕਸਾਨ ਨਹੀਂ ਗਾ ਨੁਕਸਾਨ ਇਹਨਾਂ ਦਾ ਫਿਰ ਨਿੱਜੀ ਨੁਕਸਾਨ ਉਹਨਾਂ ਸ਼ਹੀਦਾਂ ਦੀ ਤੁਸੀਂ ਗੱਲ ਕੀਤੀ ਹੈ ਹੁਣ ਕਿੰਨਾ ਕੁ ਸਨਮਾਨ ਹੁੰਦਾ ਤੁਸੀਂ ਇਹ ਗੱਲ ਦੇਖੋ ਸ਼ਹੀਦ ਭਗਤ ਸਿੰਘ ਜੀ ਦਾ ਜੱਦੀ ਘਰ ਬਿੱਲ ਜ਼ਿਆਦਾ ਆ ਗਿਆ 18-19000 ਦੇ ਕਰੀਬ ਕਹਿੰਦੇ ਨੇ ਫਿਗਰ ਆਈ ਹੈ ਤੇ ਉਸ ਘਰ ਦਾ ਕਨੈਕਸ਼ਨ ਕੱਟ ਦਿੱਤਾ ਹੈ ਸਰਕਾਰ ਨੇ ਤੇ ਜਦੋਂ ਪਬਲਿਕ ਨੇ ਪ੍ਰੈਸ਼ਰ ਪਾਇਆ ਪਬਲਿਕ ਨੇ ਗੱਲ ਕੀਤੀ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਪਿਆ ਕਿ ਆ ਸਨਮਾਨ ਹੈ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਿਹਦੀ ਖਟਕੜ ਕਲਾਂ ਦੇ ਵਿੱਚ ਜਾ ਕੇ ਤੁਸੀਂ ਸੋਚ ਚੁੱਕੀ ਤੇ ਉਹਦੇ ਵਰਗੀ ਭਗਤ ਸਿੰਘ ਵਰਗੀ ਪੱਗ ਬੰਨ ਕੇ ਦਿਖਾਉਂਦੇ ਹੋ ਔਰ ਕਹਿੰਦੇ ਹੋ ਕਿ ਅਸੀਂ ਭਗਤ ਸਿੰਘ ਦੀ ਸੋਚ ਤੇ ਤੁਰਦੇ ਹਾਂ ਔਰ ਆਪਣੇ ਪਿੱਛੇ ਭਗਤ ਸਿੰਘ ਜੀ ਦੀ ਤੇ ਬਾਬਾ ਸਾਹਿਬ ਬੀਮਰਾ ਅੰਬੇਦਕਰ ਜੀ ਦੀ ਤੁਸੀਂ ਫੋਟੋ ਲਗਾਉਂਦੇ ਹੋ ਤੇ ਇਹ ਤੁਸੀਂ ਸਨਮਾਨ ਕਰਦੇ ਹੋ ਪ੍ਰੈਕਟੀਕਲੀ ਕਿ ਤੁਸੀਂ ਉਹਨਾਂ ਦੇ ਘਰ ਤੱਕ ਕਨੈਕਸ਼ਨ ਕੱਢ ਦਿੱਤੇ ਸੋ ਇੱਥੇ ਆ ਕੇ ਪਬਲਿਕ ਜਦੋਂ ਘੇੜਦੀ ਹੈ ਫਿਰ ਬਹਾਲ ਕਰਕੇ ਯੂ ਟਰਨ ਮਾਰ ਦੇਣ ਜਿਹੜੀ ਖਬਰ ਆਪਾਂ ਕਰ ਰਹੇ ਹਾਂ ਡਿਸਕਸ ਇਹ ਬੜੀ ਨਮੋਸ਼ੀ ਵਾਲੀ ਤੇ ਸਿਲਸਿਲ ਵਾਲੀ ਗੱਲ ਆ ਜਦੋਂ ਕਿ ਭਗਤ ਸਿੰਘ ਜੀ ਦੇ ਨਾਂ ਤੇ ਇਹਨਾਂ ਨੇ ਇਹਨਾਂ ਕੁਝ ਕੀਤਾ ਜਦੋਂ ਸਰਕਾਰ ਆਈ ਹੈ ਮੌਜੂਦਾ ਸਰਕਾਰ ਆਈ ਹੈ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਇਹ ਆਪਣੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਤੇ ਤੇ ਆਪਣੇ ਜਿਹੜੇ ਇਸ਼ਤਿਹਾਰਬਾਜ਼ੀ ਤੇ ਤੇ ਆਪਣੇ ਲੋਕਾਂ ਤੱਕ ਕੰਧਾਂ ਤੇ ਲਿਖਣ ਤੇ ਉੱਤੇ ਪੈਸੇ ਇਹਨਾਂ ਦੇ ਖਰਚ ਹੋ ਰਿਹਾ ਤੇ ਕੀ ਗੱਲ ਆ ਜਿੱਥੇ ਉਹਨਾਂ ਦਾ ਜਦੀਕਰ ਆ ਜਿੱਥੇ ਲੋਕ ਵਿਜ਼ਟਰ ਆਉਂਦੇ ਆ ਲੋਕ ਵੇਖਣ ਆਉਂਦੇ ਆ ਖਟਕੜਕਲਾਂ ਦਾ ਏਰੀਆ 'ਚ ਮਿਊਜ਼ੀਅਮ ਉਹਨਾਂ ਦਾ ਜੇ ਉੱਥੇ ਬੱਤੀ ਨਹੀਂ ਜਗੂਗੀ ਤੇ ਫਿਰ ਇਹਨਾਂ ਨੇ ਕਿੱਥੇ ਜਗਾਉਣੀ ਬੱਤੀ ਇਹਦਾ ਮਤਲਬ ਫਿਰ ਬੱਤੀ ਪੂਰੇ ਪੰਜਾਬ ਦੀ ਗੋਲ ਹੋ ਗਈ ਔਰ ਜਿਹਦੇ ਚ ਕਨਸਰਨ ਮੰਤਰੀ ਨੇ ਹਰਭਜਨ ਸਿੰਘ ਜੀ ਜੀਓਜ ਬਿਜਲੀ ਮੰਤਰੀ ਆ ਉਹਨਾਂ ਨੂੰ ਖੁਦ ਇਹ ਨਿੱਜੀ ਤੌਰ ਤੇ ਵੇਖਣਾ ਚਾਹੀਦਾ ਸੀਗਾ ਕਿ ਉੱਥੇ ਕੀ ਪ੍ਰੋਬਲਮ ਆ ਜਿਹਦੇ ਵਿੱਚ ਦੇਖੋ ਇੱਕ ਵਾਰੀ ਇਹ ਵੀ ਰੌਲਾ ਪਾਇਆ ਸੀ ਕਿ ਜਨਵਜੋਤ ਸਿੰਘ ਸਿੱਧੂ ਜੀ ਬਿਜਲੀ ਮੰਤਰੀ ਬਣ ਗਏ ਸੀ ਬਿਜਲੀ ਮੰਤਰੀ ਬਣ ਗਏ ਸੀ ਤੇ ਇਹਨਾਂ ਨੂੰ ਕਿਹਾ ਗਿਆ ਪਹਿਲਾਂ ਹੈਗਾ ਸੀ ਜਾਂ ਦੂਸਰੇ ਮੰਤਰੀ ਲੋਕਲ ਸੈਲਫ ਗਵਰਨਮੈਂਟ ਦੇ ਫਿਰ ਕੈਪਟਨ ਸਰਕਾਰ ਨੇ ਬਦਲ ਕੇ ਇਹਨਾਂ ਨੂੰ ਬਿਜਲੀ ਮੰਤਰੀ ਲਾਤਾ ਇਹਨਾਂ ਨੇ ਉਹ ਸਪੋਟਫੋਲੀਓ ਜੁਆਇਨ ਕੀਤਾ ਪਰ ਇਹਨਾਂ ਦਾ ਆਪਣੇ ਘਰ ਦਾ ਬਿੱਲ ਉਸੇ ਤਰ੍ਹਾਂ ਸੀਗਾ ਜਿੰਨੇ ਲੱਗ ਸੀਗਾ ਉਹਨੇ ਦਿੱਤਾ ਹੀ ਨਹੀਂਗਾ ਬੀਏ ਕੇ ਬਿਜਲੀ ਮੰਤਰੀ ਮੰਤਰੀ ਇਹਨਾਂ ਨੇ ਉਹ ਬਿੱਲ ਅਦਾਇ ਨਹੀਂ ਕੀਤਾ ਔਰ ਦੇਖੋ ਇੱਕ ਵੱਡੇ ਵੱਡਮੁੱਲੇ ਸ਼ਹੀਦ ਦੇ ਜਿਹੜੇ ਜੱਦੀ ਘਰ ਦਾ ਜਿਹੜਾ ਬਿੱਲ ਆ ਉਹਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਬਾਹਰ ਕੱਢ ਲਿਆ ਜਿਸ ਨਾਲ ਸਾਨੂੰ ਪਤਾ ਹੀ ਨਹੀਂਗਾ ਕਿ ਇਹ ਕਿਹੜਾ ਏਰੀਆ ਵਾ ਔਰ ਕਿਹੜੇ ਸ਼ਹੀਦ ਦਾ ਘਰ ਹੈਗਾ ਔਰ ਇਹਦੇ ਵਿੱਚ ਜਨਤਾ ਵੱਲੋਂ ਤਾਂ ਲੋਚਨਾ ਹੋਈਗੀ ਹੋਗੀ মিডিਆ ਵੱਲੋਂ ਲੋਚਨਾ ਹੋਊਗੀ ਕਿ ਬਾਹਲੇ ਦੇਸ਼ਾਂ 'ਚ ਵੀ ਪ੍ਰਵਾਸੀ ਭਾਰਤੀ ਬੈਠੇ ਇਸ ਗੱਲ ਨੂੰ ਇਸ ਤਰ੍ਹਾਂ ਛਾਲਣਗੇ ਕਿ ਇਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਊਗਾ ਕਿਉਂਕਿ ਕਿਉਂਕਿ ਜਾਂ ਤੇ ਬੜੇ ਇਮਾਨਦਾਰੀ ਵਾਲੇ ਕੰਮ ਕਰ ਰਹੇ ਆ ਜਿਨ੍ਹਾਂ 'ਚ ਇਮਾਨਦਾਰੀ ਸਾਰੀ ਚਲਕ ਰਹੀ ਆ ਜਦੋਂ ਬਾਕੀ ਕੰਮਾਂ 'ਚ ਤੇ ਇਹਨਾਂ ਨੇ ਇੰਨਾ ਕੁਝ ਕਰ ਦਿੱਤਾ ਜਿਹੜਾ ਜਿੱਥੇ ਅੱਗੇ ਗਵਰਨਮੈਂਟ ਸਾਰੀਆਂ ਉਹਦਾ ਬਿੱਲ ਦਿੰਦੀਆਂ ਰਹੀਆਂ ਸਾਰਾ ਕੁਝ ਕਰਦੇ ਰਹੀਆਂ ਉਹਦੇ ਚ ਇਹਨਾਂ ਨੂੰ ਬਿੱਲ ਦੇਣ ਦਾ ਕੀ ਫਰਕ ਪੈ ਜਾਣਾ ਸੀਗਾ ਜਿਸ ਤਰ੍ਹਾਂ ਇੱਕ ਵਾਰੀ ਅਬਰਾਈ ਸਾਹਿਬ ਆਏ ਸੀ ਐਸ ਐਸ ਅਬਰਾਈ ਜਿਹੜੇ ਸਰਬੱਤ ਦਾ ਭਲਾ ਟਰਸਟ ਦੇ ਚੇਅਰਮੈਨ ਉਹ ਇਹ ਕਹਿ ਰਹੇ ਸੀ ਆਂਦੇ ਨੇ ਹਸਪਤਾਲ ਖੋਲਣੇ ਸੀ ਪਿੰਡਾਂ ਦੇ ਵਿੱਚ ਜਾ ਕੇ ਗੁਰੂ ਘਰ ਦੇ ਵਿੱਚ ਹਸਪਤਾਲ ਖੋਲ ਰਏ ਸੀਗੇ ਜਿੱਥੇ ਜਿੱਥੇ ਗੁਰਦੁਆਰਾ ਸਾਹਿਬ ਨੇ ਜਿੱਥੇ ਲੋਕ ਆਉਂਦੇ ਨੇ ਯਾਤਰੀ ਆਉਂਦੇ ਨੇ ਤੁਸੀਂ ਚਾਹੁੰਦੇ ਕਿ ਉੱਥੇ ਸਹੂਲਤ ਦਿੱਤੀ ਜਾਵੇ ਉਹਦੇ ਚ ਇੱਕ ਧਾਰਮਿਕ ਸੰਸਥਾ ਨੇ ਕਿਹਾ ਤਾਂ ਕਿ ਇਹਦਾ ਬਿੱਲ ਕੌਣ ਦੇਊਗਾ ਆਂਦੇ ਇਹ ਕਹੇ ਜੇ ਅਸੀਂ ਇੰਨਾ ਪੈਸਾ ਲਾ ਰਹੇ ਹਾਂ ਤੇ ਧਾਰਮਿਕ ਸੰਸਥਾ ਨੂੰ ਅਸੀਂ ਜਵਾਬ ਦਿੱਤਾ ਕਿ ਅਸੀਂ ਇਹਦਾ ਬਿੱਲ ਵੀ ਅਸੀਂ ਆਪ ਦੇਵਾਂਗੇ ਵੇਖੋ ਇਹਨਾਂ ਗੱਲਾਂ ਤੋਂ ਵੀ ਪੂਜਾ ਪਾੜਦੇ ਪੈਸੇ ਚੜਾਉਦੇ ਪੈਸੇ ਕਰ ਲਿਆ ਸਕਣਗੇ ਬਿੱਲ ਦੇ ਪੈਸੇ ਨਹੀਂ ਦੇਣਗੇ ਇਹਨਾਂ ਦੇ ਲਈ ਕੌਣ ਬੋਲੂਗਾ মিডিਆ ਬੋਲੂਗਾ ਤੇ ਲਈ ਚੈਨਲ ਬੋਲ ਰਿਹਾ ਫਿਰ ਇਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਹੁਣ ਇਹ ਜਿਹੜੀ ਗੱਲ ਲੋਕਾਂ ਦੇ ਨਜ਼ਰ 'ਚ ਆ ਗਈ ਹੈ ਔਰ ਇਸ ਦੇ ਤੋਂ ਪਹਿਲਾਂ ਇੱਕ ਗਵਰਨਮੈਂਟ ਨੇ ਜੋ ਸਟੇਟ ਗਵਰਨਮੈਂਟ ਨੇ ਨਾ ਦਾ ਪਾਠਕ੍ਰਮ 'ਚ ਲੱਗਿਆ ਸੀ ਨਾ ਦਾ ਐਸੇ ਇਹਨਾਂ ਦਾ ਸਿਲੇਬਸ ਹੀ ਉਹ ਵਿੱਚੋਂ ਘਟਾ ਦਿੱਤਾ ਉਹਨਾਂ ਨੇ ਹਟਾ ਹੀ ਦਿੱਤਾ ਸਾਊਥ ਇੰਡੀਆ ਦੇ ਕਰਦਾ ਬੰਦ ਕਰ ਦਿੱਤਾ ਔਰ ਉਹ ਬੰਦ ਕਰ ਦਿੱਤਾ ਉਹਨਾਂ ਨੇ ਜਿੱਤ ਜਿੱਤ ਹੁਣ ਇਹਨਾਂ ਦਾ ਇਹ 네ਗੇਟਿਵਿਟੀ ਇੱਥੋਂ ਤੱਕ ਆ ਗਈ ਕਿ ਜਦੋਂ ਸ਼ਹੀਦ ਦੇ ਆਪਣੇ ਘਰ ਦੇ ਵਿੱਚ ਇਹਨਾਂ ਕੋਈ ਸੀਗਾ ਉਹਦੇ ਵਿੱਚ ਲੋਕ ਵੇਖਣ ਆਉਂਦੇ ਆ ਤੇ ਉਤੋਂ ਬਿਜਲੀ ਦਾ ਕੱਟ ਲਾ ਕੇ ਤੇ ਬਿਜਲੀ ਵੀ ਕਨੈਕਸ਼ਨ ਕੱਢ ਦਿੱਤਾ ਇਸੇ ਤਰ੍ਹਾਂ ਜਿਲ੍ਹਾ ਪਾਕਿਸਤਾਨ ਦੀ ਨਾਰਾਜ ਗੁਰੂ ਸਖਦੇਵ ਜੀ ਸਖਦੇਵ ਜੀ ਦਾ ਘਰ ਲੁਧਿਆਣੇ ਆ ਉਹਨਾਂ ਦਾ ਸਮਾਰਕ ਬਣਾਉਣ ਲਈ ਉਹਨਾਂ ਨੇ ਘਰ ਨੂੰ ਇੱਥੇ ਰੱਖਿਆ ਸੀਗਾ ਆਰਕੀਓਲੋਜੀ ਡਿਪਾਰਟਮੈਂਟ ਨੇ ਉਹਨਾਂ ਨੂੰ ਲਿਆ ਸੀਗਾ ਕਿ ਤੇ ਬਣਾਉਣਾਗਾ ਉਹਨੂੰ ਮੋੜ ਦਿੱਤਾ ਉਹਦੇ ਤੱਕ ਕੁਝ ਨਹੀਂ ਬਣਾਇਆ ਤੱਕ ਉਹਦੇ ਜਿਹੜੇ ਘਰ ਵਾਲੇ ਨੇ ਉਹਦੇ ਖਾਨਦਾਨ ਦੇ ਲੋਕ ਨੇ ਉਹ ਇਸ ਗੱਲ ਤੇ ਨਾਰਾਜ਼ ਹੋ ਗਏ ਕਿ ਇਹ ਤੇ ਵਿੱਚ ਤੁਸੀਂ ਕੀ ਕਰ ਰਹੇ ਹੋ ਤੇ ਲੁਧਿਆਣੇ ਦੇ ਵਿੱਚ ਉਹਦੇ ਵਿੱਚ ਬਹੁਤ ਭਰੀ ਆਇਆ ਅਖਬਾਰਾਂ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਤੱਕ ਜਿਹੜੀਆਂ ਪਹੁੰਚਣਗੀਆਂ ਇਹਦੇ ਵਿੱਚ ਨਮੋਸ਼ੀ ਕਿਨਾਂ ਦੀ ਹੈ ਸਰਕਾਰ ਦੀ ਨਹੀਂ ਸਾਰੇ ਲੋਕਾਂ ਦੀ ਵੀ ਹੋਊਗੀ ਕਿ ਜਿਹੜੇ ਲੋਕ ਸ਼ਹੀਦ ਨੂੰ ਪ੍ਰਣਾਮ ਕਰਦੇ ਆ ਲੋਕ ਉਹਨਾਂ ਦਾ ਸਤਿਕਾਰ ਕਰਦੇ ਆ ਉਹ ਕਿਉਂ ਨਹੀਂ ਇਹਨਾਂ ਦੇ ਇਹਨਾਂ ਦੇ ਲਈ ਆਲੋਚਨਾ ਕਰਨਗੇ ਇਹ ਗਲਤ ਗੱਲ ਹੈ ਪਰ ਸਹੀ ਗੱਲ ਹੈ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਘਰ ਘਰ ਆਉਂਦੇ ਨੇ ਹਾਂ ਸਾਨੂੰ ਸੇਵਾ ਦਾ ਮੌਕਾ ਦਿਓ ਅਸੀਂ ਤੁਹਾਡੀ ਸੇਵਾ ਕਰਨੀ ਹੈ ਅਸੀਂ ਦੇਸ਼ ਦੀ ਸੇਵਾ ਕਰਨੀ ਹੈ ਆ ਸੇਵਾ ਉਹ ਇਹ ਸੇਵਾ ਨਹੀਂ ਇਹਨੂੰ ਸੇਵਾ ਕਹਿੰਦੇ ਨੇ ਹੂੰ ਇਹ ਪਤਾ ਨਹੀਂ ਕਿਹਦੀ ਸੇਵਾ ਕਰਦੇ ਨੇ ਇਹ ਸੇਵਾ ਨਹੀਂ ਕਰਦੇ ਇਹ ਮੇਵਾ ਲੈਂਦੇ ਵਿੱਚੋਂ ਪਾਹਾ ਇਕੱਠਾ ਕਰਦੇ ਆ ਸੇਵਾ ਚ ਮੇਵਾ ਉਹ ਪੈਸਾ ਸੋ ਬਲਕਾਰ ਜੀ ਜੀ ਹੁਣੇ ਸਾਰੀਆਂ ਗੱਲਾਂ ਤੇ ਆਪਾਂ ਚਰਚਾ ਕਰ ਲਈਆਂ ਹਾਂ ਹੁਣ ਜਾਂਦੇ ਜਾਂਦੇ ਇੱਕ ਮਿੱਠੀ ਮਿੱਠੀ ਗੱਲ ਕਰ ਲਈਏ ਕਿਉਂਕਿ ਇਹ ਦੀਵਾਲੀ ਦਾ ਮੌਕਾ ਹੈ ਮਿੱਠਾ ਮੁਖ ਕਰਵਾ ਕੇ ਚੱਲਦੇ ਆਂ ਹੂੰ ਕਹਿੰਦੇ ਨੇ ਕਿ ਸੈਂਟਰ ਗਵਰਨਮੈਂਟ ਵੱਲੋਂ ਕੇਂਦਰ ਸਰਕਾਰ ਵੱਲੋਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਮੇਲਾ ਲੱਗ ਰਿਹਾ ਹੈ ਪਰ ਵਿਰੋਧੀ ਫਿਰ ਕਹਿੰਦੇ ਨੇ ਕਿ ਤੁਸੀਂ ਤਾਂ ਕਿਹਾ ਸੀ ਕਰੋੜਾਂ ਨੂੰ ਨੌਕਰੀਆਂ ਦੇਵਾਂਗੇ ਇੱਥੇ ਹਜ਼ਾਰਾਂ 'ਚ ਕੰਮ ਨਿਪਟਾਉਂਦੇ ਪਏ ਹੋ ਤੇ ਉਹ ਵੀ ਦੀਵਾਲੀ ਦੇ ਮੌਕੇ ਤੇ ਇਹ ਇਹ ਕਿਹੜੀ ਗੱਲ ਹੋ ਗਈ ਆ ਇਹ ਗੱਲ ਦਾ ਰੌਲਾ ਤਾਂ ਬੜਾ ਪਿਆ ਰੋਜ਼ਗਾਰ ਮੇਲਾ ਦਾ ਨਾਂ ਦਿੱਤਾ ਗਿਆ ਜਿਸ ਤੇ 75 ਕੇਂਦਰ ਨੇ ਜਿਹਦੇ ਵਿੱਚ ਇਹਨਾਂ ਨੇ ਰੋਜ਼ਗਾਰ ਮਹੱਈਆ ਕਰਨਾ ਪਮੇਲਾ ਲਾਇਆ ਗਿਆ ਜੇ ਚਾ ਰਜਿਸਟ੍ਰੇਸ਼ਨ ਵੀ ਹੋ ਚੁੱਕੀ ਸੀ ਉਹਨਾਂ ਦੀਆਂ ਉਹਨਾਂ ਦੇ ਵਿੱਚ ਆ ਯੂਪੀਐਸਸੀ ਦੇ ਵੀ ਕੁਝ ਕੈਂਡੀਡੇਟ ਨੇ ਕੈਂਡੀਡੇਟ ਹੈ ਗਿਆ ਦਰਦਾਰਤ ਔਰ ਉਹਦੇ ਵਿੱਚ ਰੇਲਵੇ ਦੀ ਭਰਤੀ ਵੀ ਹੈਗੀ ਆ ਕਿਉਂਕਿ ਸਾਰੇ ਡਿਪਾਰਟਮੈਂਟ ਜਿਹੜੇ ਹੈਗੇ ਉਹਨਾਂ ਚਾ ਉਹਨਾਂ ਨੇ ਇਨਕਲੂਡ ਕੀਤੇ ਇਹਨਾਂ ਨੇ ਐਲੀਜੀਬਿਲਟੀ ਵੀ ਦੇਖ ਰਿਆ ਔਰ ਐਲੀਜੀਬਿਲਟੀ ਦੇ ਜਹਾਜ਼ ਨਾਲ ਇੰਟਰਵਿਊ ਹੈਗੀਆਂ ਅਪਾਇੰਟਮੈਂਟ ਲੈਟਰ ਵੀ ਦੇ ਰਹੇ ਉਹਨਾਂ ਦੇ ਵਿੱਚ ਕੁਝ ਲੋਕਾਂ ਨੇ ਇਹਨੂੰ ਬਹੁਤ ਠੀਕ ਤਰੀਕੇ ਦਾ ਕਿਹਾ ਔਰ ਚ 10000 ਜਿਹੜੀ ਲੋਕ ਨੇ ਮੁੰਡੇ ਨੇ ਜਿਹੜੇ ਇਹਦੇ ਵਿੱਚ ਆ ਰਹੇ ਆ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਦੇ ਰਿਆ ਪਰ ਉਹ ਚਰਚਾ ਲੋਚਨਾ ਤਾਂ ਤੁਸੀਂ ਦੱਸਿਆ ਹੋ ਰਹੀ ਹੈ ਲੋਚਨਾ ਤਾਂ ਹੁੰਦੀ ਵੀ ਹੈ ਕਿਉਂਕਿ ਜਦੋਂ ਪੈਸਾ ਕਿਸੇ ਦੇ ਸਿੱਧਾ ਅਕਾਊਂਟ 'ਚ ਆਉਣਾ ਉਹ ਵੀ ਪੈਸਾ ਵਿੱਚੋਂ ਨਹੀਂ ਆਉਂਦਾ ਉਹਦੇ ਵਿੱਚ ਵੀ ਕਈ ਵਾਰੀ ਘੱਟ ਤੋਂ ਘੱਟ ਪੈਸੇ ਆਉਂਦੇ ਆ ਅਨਾਉਂਸ ਕੁਸ਼ ਹੁੰਦਾ ਤਾਂ ਆਉਂਦੇ ਕਿੰਨੇ ਪੈਸੇ ਹੈਗਾ ਇਹੀ ਕਿਸਾਨਾਂ ਦੇ ਨਾਲ ਹੋਇਆ ਜਦੋਂ ਕਿ ਅੰਦੋਲਨ ਨੂੰ ਸ਼ੁਰੂ ਹੋਇਆ ਫਿਰ ਮਾਪਜਾਂ ਦਿੰਦੇ ਉਹ ਕਿੰਨਾ ਘੱਟ ਆਉਂਦਾ ਪਰ ਹੁਣ ਜਿਹੜੇ ਐਸ ਵਾਲੇ ਨੌਜਵਾਨ ਜਿਹੜੇ ਨੇ ਵਿਚਾਰੇ ਬੜੇ ਐਸ ਵਾਲੇ ਬੜੇ ਸੰਘਰਸ਼ ਚੋਂ ਨਿਕਲ ਰਹੇ ਆ ਇਸ ਕਰਕੇ ਕਿ ਇੱਕ ਪਾਸੇ ਤੇ ਨਸ਼ੇ ਦੀ ਮਾਰੂ ਮਾਰ ਹੋ ਰਹੀ ਹੈ ਦੂਜ ਨੌਕਰੀ ਹੈ ਨਹੀਂ ਮਹਿੰਗਾਈ ਜ਼ੋਰਾਂ ਤੇ ਹੈਗੇ ਆ ਮਾਂ ਪਿਓ ਵਿਚਾਰੇ ਨਾ ਨਹੀਂ ਪੈਸਾ ਦੇ ਸਕਦੇ ਜੀ ਜੀ ਜਾਂ ਤਾਂ ਕਰਜ਼ਾ ਚੁੱਕ ਕੇ ਬਾਹਰ ਚਲੇ ਜਾਂਦੇ ਆ ਨੌਕਰੀ ਇੱਥੇ ਹੈ ਨਹੀਂ ਪਰ ਆ ਜਿਹੜਾ ਇਹਨਾਂ ਮਸਲਾ ਕੀਤਾ ਜੇ ਇਸ ਤਰ੍ਹਾਂ ਦਾ ਲਗਾਤਾਰ ਕਰਦੇ ਰਹਿਣ ਇਸ ਦੇ ਨਾਲ ਤਾਂ ਕੁਝ ਹੋਣਾ ਨਹੀਂ ਕੇਵਲ ਪੂਰੇ ਹਿੰਦੁਸਤਾਨ ਚ 10000 ਬੇਰੋਜ਼ਗਾਰ ਨਹੀਂ ਹੈਗਾ 10000 ਤਾਂ ਤੁਹਾਨੂੰ ਇੱਕ ਜ਼ਿਲ੍ਹੇ ਚੋਂ ਮਿਲ ਜੂਗਾ ਔਰ ਉਹਦੇ ਚ ਤਹਿਸੀਲ ਚੋਂ ਇਹਨਾਂ ਮਿਲ ਜਾਂਦਾ ਇਹ ਮੁੰਡੇ ਐਸ ਵੇਲੇ ਕੁਝ ਨੌਕਰੀ ਚ ਨਹੀਂ ਲੱਗੇ ਪਰ ਇਹ ਸਿਰਫ ਇੱਕ ਤਰ੍ਹਾਂ ਦਾ ਜਿਹਨੂੰ ਕਹਿ ਲਿਆ ਸੀ ਇਸ਼ਤਿਹਾਰबाजी ਮੰ ਵਾਲੀ ਗੱਲ ਹੈ ਨਾ ਆਈ ਵਾਸ਼ ਵਾਲੀ ਉਹਦੇ ਚੇਹੀ ਹੀ ਗੱਲ ਆ ਆਈ ਆਖੇ ਚ दारू ਪਾ ਦਿਓ ਹਾਂ ਉਹਦੇ ਚ ਹੁਣ ਇਹ ਜਿੰਨੇ ਇੱਕ ਬੱਚਿਆਂ ਨੂੰ ਪਤਾ ਜਿਸ ਤਰ੍ਹਾਂ ਦੇ ਕਿਸੇ ਮੋਬਾਈਲ ਵੰਡਣੇ ਕਾਂਗਰਸ ਨੇ ਕਿਹਾ ਸੀ ਕਿਸੇ ਮੋਬਾਈਲ ਦਵਾਗੇ ਉਹ ਬੱਚਿਆਂ ਨੂੰ ਮੋਬਾਈਲ ਪੂਰੇ ਨਹੀਂ ਦਿੱਤੇ ਕਿ ਜਦੋਂ ਆਨਲਾਈਨ ਸਟੱਡੀ ਸ਼ੁਰੂ ਹੋ ਗਈ ਬੱਚੇ ਕਈ ਬੱਚੇ ਦੇ ਵਿਚਾਰੇ ਜੌਬ ਆਪਣੀ ਪੜ੍ਹਾਈ ਛੱਡ ਗਏ ਕਿਉਂਕਿ ਆਨਲਾਈਨ ਹਰ ਬੱਚਾ ਇੱਕਾ ਬੱਚੇ ਨੂੰ ਮੋਬਾਈਲ ਲੈਣਾ ਔਖਾ ਲੈਪਟਾਪ ਕਿੱਥੋਂ ਆਵੇ ਸਮਾਰਟਫੋਨ ਕਿੱਥੋਂ ਆਵੇ ਤੇ ਉਹ ਦਿਹਾੜੀ ਕਰਦਾ ਹੈ 300 ਰੁਪਏ ਦਿਹਾੜੀ ਹੈ ਤੇ smartphone ਕਿੱਥੋਂ ਆਏਗਾ ਉਹਦੇ ਕੋਲ ਆਨਲਾਈਨ ਪੜਨ ਵਾਸਤੇ ਉਹ 20000 ਤੋਂ ਘੱਟ ਨਹੀਂ ਹੈਗਾ ਸੋ ਇਹ ਸਭ ਗੱਲਾਂ ਨੇ ਪ੍ਰੈਕਟੀਕਲ ਗੱਲਾਂ ਨਹੀਂ ਹੈਗੀਆਂ ਹਵਾ ਹਮੇਸ਼ਾ ਹਵਾ ਦੇ ਵਿੱਚ ਗੱਲਾਂ ਕਰਦੇ ਨੇ ਜਿਹੜੀਆਂ ਪ੍ਰੈਕਟੀਕਲ ਹੁੰਦੀਆਂ ਨਹੀਂ ਹੈਗੀਆਂ ਸੋ ਇਹ ਗੱਲਾਂ ਜਿਹੜੀਆਂ ਨੇ ਨਾ ਇਹ ਆਮ ਲੋਕਾਂ ਵਾਸਤੇ ਬਹੁਤ ਦੁਖਦਾਈ ਨੇ ਔਰ ਐਸੀ ਤਰ੍ਹਾਂ ਭਾਰਤ ਪਿੱਛੜਦਾ ਪਿਆ ਜਿਹੜਾ ਅਸੀਂ ਕਹਿੰਦੇ ਆ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਬਹੁਤ ਗੱਲਾਂ ਕਰਦੇ ਆ ਉਹ ਕਿੱਦਾਂ ਬਣੇਗਾ ਉਹ ਬੰਨਾ ਕਿੱਤੇ ਵਿਖਾਈ ਨਹੀਂ ਦੇ ਰਿਆ ਸਿਰਫ ਗੱਲਾਂ ਨਾਲ ਥੋੜਾ ਕੰਮ ਚੱਲ ਦੂਗਾ ਵੈਸੇ ਮੇਲਾ ਨਹੀਂ ਲਾਉਣਾ ਚਾਹੀਦਾ ਰੋਜ਼ਗਾਰ ਮੇਲਾ ਨਹੀਂ ਹੁੰਦਾ ਰੋਜ਼ਗਾਰ ਜਿਹੜਾ এমਪਲੋਇਮੈਂਟ ਐਕਸਚੇਂਜ ਆ ਅੱਗੇ ਪਹਿਲਾਂ ਉਹਦੇ ਚਨਾ ਨਾਮ ਜਾਂਦੇ ਸੀ ਉਹਦੇ ਰਾਹੀਂ ਉਹਦੇ ਰਾਹੀਂ ਲੈਂਦੇ ਸੀ ਇਵੈਂਟ ਕ੍ਰੀਏਟ ਕਰਨਾ ਹੈ ਹਾਂ ਖਾਣਾ ਲੋਕਾਂ ਨੂੰ ਅਸੀਂ ਤਾਂ ਨਿੱਕੇ ਨਿੱਕੇ ਗੱਲਾਂ ਦੇ ਇਵੈਂਟ ਬਣਾ ਲਏ ਨੇ ਅੱਜ ਮੇਰਾ ਜਨਮ ਦਿਨ ਹੈ ਫੇਸਬੁਕ ਦੇ ਉੱਤੇ ਇਸ਼ਤਿਹਾਰ ਦੇ ਦਿਓ ਇਸ਼ਤਿਹਾਰ ਹੀ ਹੋਇਆ ਉਹ ਅੱਜ ਮੇਰਾ ਜਨਮ ਦਿਨ ਹੈ ਦੱਸੋ ਫਿਰ ਲੋਕੀ ਕੀ ਕਰਨ ਲੋਕ ਪਖਾਵਾ ਲੋਕਾਂ ਨੂੰ ਕਹਿਣਾ ਇਹਨਾਂ ਨੇ ਕਿ ਅਸੀਂ ਇੰਨਾ ਕੰਮ ਕਰ ਰਹੇ ਹਾਂ ਮੀਡੀਆ ਤੇ ਆ ਜਾਈਏ ਤਮਾਸ਼ਾ ਤਮਾਸ਼ਾ ਚੱਲਦਾ ਫੇਸਬੁਕ ਤੇ ਆ ਜੇ ਤੇ ਕਰਨਾ ਕੁੱਖ ਨਹੀਂ ਗਾ ਉਹ ਹੁੰਦੇ ਨੇ ਵੀ ਉਹੀ ਡੱਕਾ ਦੋਰਾ ਕਰਨਾ ਨਹੀਂ ਗਾ ਕੰਮ ਪੂਰਾ ਹੋਣਾ ਕੋਈ ਨਹੀਂ ਗਾ ਤੇ ਇਹਦੇ ਕਰਕੇ ਜਿਹੜੇ ਯੂਥ ਆ ਉਹ ਇਸੇ ਕਰਕੇ ਫਿਰ ਕਈ ਵੇ ਨਹੀਂ ਆਪਣੇ ਤਰ੍ਹਾਂ ਦੇ ਤਰੀਕੇ ਨਾਲ ਕਰ ਰਹੇ ਆ ਇਸੇ ਕਰਕੇ ਗੈਂਗਵਾਦ ਵੱਧ ਗਿਆ ਇਸੇ ਕਰਕੇ ਮੁੰਡੇ ਦੂਜੇ ਪਾਸੇ ਆ ਗਏ ਨਸ਼ਿਆਂ ਚ ਆ ਗਏ ਕਿਉਂਕਿ ਸੰਤੁਸ਼ਟੀ ਨਹੀਂ ਅੰਦਰ ਖੋਖਲਾਪਨ ਨੌਜਵਾਨ ਨੂੰ ਸੰਭਾਲਣਾ ਔਖਾ ਦਿਨ ਰਾਤ ਸਾਡੇ ਸਾਹਮਣੇ ਤਮਾਸ਼ਾ ਚੱਲਦਾ ਪਿਆ ਔਰ ਇਹਦਾ ਕੋਈ ਰਿਜ਼ਲਟ ਨਿਕਲੇਗਾ ਐਸੀ ਕੋਈ ਉਮੀਦ ਦਿਖਦੀ ਨਹੀਂ ਕਿਉਂਕਿ ਉਦੋਂ ਤੱਕ ਨਹੀਂ ਦਿਖੇਗੀ ਜਦੋਂ ਤੱਕ ਵਾਕਈ ਤੁਸੀਂ ਇੱਕ ਸਾਫ਼ ਨiyet ਦੇ ਨਾਲ ਪੁਖਤਾ ਕੰਮ ਸੋਲਿਡ ਕੰਮ ਨਹੀਂ ਕਰਦੇ ਜਿਹਦੇ ਵਾਕਈ ਨਤੀਜੇ ਨਿਕਲਣ ਜੋ ਸਭ ਦੇ ਫਾਇਦੇ ਵਾਸਤੇ ਹੋਵੇ ਇਹ ਨਹੀਂ ਕਿ ਤੁਸੀਂ ਆਪਣੇ ਸਿਆਸੀ ਫਾਇਦੇ ਵਾਸਤੇ ਇੱਕ ਤਮਾਸ਼ਾ ਕਰਦੇ ਹੋ ਇਵੈਂਟ ਕ੍ਰੀਏਟ ਕਰਦੇ ਹੋ ਲੋਕਾਂ ਚ ਪਬਲਿਕ ਵਿੱਚ ਪਬਲਿਸਿਟੀ ਕਰਨ ਵਾਸਤੇ ਕਿ ਸਾਨੂੰ ਵੋਟਾਂ ਦੇਈ ਚਾਹੀਏ ਉਹ ਦੇਖਿਓ ਅਸੀਂ ਇਹ ਕੰਮ ਕਰਕੇ ਦਿਖਾਤਾ ਇਹ ਨਹੀਂ ਹੋਣਾ ਚਾਹੀਦਾ ਵਾਕਈ ਜਿਹਦੇ ਘਰ ਚੁੱਲ੍ਹਾ ਨਹੀਂ ਜਗਦਾ ਪਿਆ ਜਿਹਦੇ ਘਰ ਰੋਟੀ ਨਹੀਂ ਬਣਦੀ ਪਈ ਉਹਦੀ ਗੱਲ ਹੋਣੀ ਚਾਹੀਦੀ ਹੈ ਕਿ 105ਵੇਂ ਪਤਾ ਨਹੀਂ 107ਵੇਂ ਨੰਬਰ ਤੇ ਅਸੀਂ ਆ ਗਏ ਹਾਂ 107ਵੇਂ ਨੰਬਰ ਤੇ ਹੰਗਰ ਇੰਡੈਕਸ ਦੇ ਵਿੱਚ ਔਰ ਦੂਜੇ ਪਾਸੇ ਅਸੀਂ ਇਦਾਂ ਦੀਆਂ ਸਟੇਟਮੈਂਟਸ ਦਿੰਨੇ ਆ ਇਕਨੋਮੀ ਨੂੰ ਲੈ ਕੇ ਮੈਂ ਤਾਂ ਮੈਨੂੰ ਤਾਂ ਲੱਗਦਾ ਕਿ ਮੁੱਦਾ ਇਹ ਨਹੀਂ ਹੈਗਾ ਕਿ ਤੁਹਾਡੇ ਕੋਲ ਰੋਟੀ ਕਿਉਂ ਨਹੀਂ ਪੱਕੀ ਮੁੱਦਾ ਇਹ ਹੈ ਕਿ ਤੁਹਾਨੂੰ ਭੁੱਖ ਕਿਉਂ ਲੱਗੀ ਹੈ ਉਦੋਂ ਇਹ ਮੁੱਦਾ ਹੈਗਾ ਸੋ ਇਹ ਤੇ ਇਹ ਹੈਗਾ ਕਿ ਜੇ ਕੱਲ ਨੂੰ ਪਰਸੋਂ ਤੁਸੀਂ ਚਾਹੁੰਦੇ ਜੀ ਕੋਈ ਰਦੋ ਬਦਲ ਜਾਂ ਚਾਹੁੰਦੇ ਜੀ ਕਿ ਇਹਦੇ ਚ ਬੜਾ ਨਵਾਂ ਤਰੀਕੇ ਦੀ ਸਰਕਾਰ ਆ ਜਾਣਗੀਆਂ ਨਮਾ ਮਹਾ ਮੂਹ ਮਹਾਂਦਰਾ ਬਣ ਜੂਗਾ ਪਰ ਨਮਾਇंदे ਤੁਹਾਡੇ ਇੱਥੋਂ ਹੀ ਆ ਨਿੱਤਾ ਤੁਹਾਡੇ ਇੱਥੋਂ ਹੀ ਆਉਣੇ ਆ ਇਹ ਹੀ ਸਾਰੇ ਆਉਣੇ ਇਹ ਹੀ ਵੋਟਾਂ ਨਾਲ ਤੁਸੀਂ ਫਿਰ ਦੁਬਾਰਾ ਆਉਣਗੇ ਇਸੇ ਤਰ੍ਹਾਂ ਚਲਦੇ ਰਹਿਣਾ ਮੰਤਰੀ ਬਣ ਕੇ ਇਹ ਹੀ ਮੁੱਖ ਮੰਤਰੀ ਬਣ ਕੇ ਫਿਰ ਫਿਰ ਉੱਥੇ ਦਾ ਉੱਥੇ ਪਰਨਾਲਾ ਰਹੇਗਾ ਸਾਰਾ ਕੁਝ ਡਿਸਕਸ ਕਰਦਾ ਹੀ ਰਹੇਗਾ ਤੇ ਫਿਰ ਕੁਝ ਨਹੀਂ ਹੋਣ ਵਾਲਾ ਜੇ ਨਵੇਂ ਰਿਜ਼ਲਟ ਚਾਹੁੰਦੇ ਹੋ ਤਾਂ ਫਿਰ ਨਵੇਂ तरीके ਨਾਲ ਕੰਮ ਕਰਨਾ ਪਾਉਗਾ ਨਵੇਂ ਤਰੀਕੇ ਨਾਲ ਸਰਕਾਰ ਚਲਾਉਣੀ ਪਾਉਗੀ ਨਵੇਂ ਤਰੀਕੇ ਨਾਲ ਰਾਜਨੀਤੀ ਕਰਨੀ ਪਾਉਗੀ ਜੇ ਨਵੇਂ ਤਰੀਕੇ ਅਪਣਾਓਗੇ ਤਾਂ ਹੀ ਨਵੇਂ ਰਿਜ਼ਲਟ ਆਉਣਗੇ ਪੁਰਾਣੇ ਤਰੀਕੇ ਨਾਲ ਤੇ ਪੁਰਾਣੇ ਰਿਜ਼ਲਟ ਆਉਣੇ ਨੇ ਆ ਸੋ ਵਧਾਈ ਦਿਏ हां जी ਬਿਲਕੁਲ ਜਰੂਰ ਤੁਸੀਂ ਵਧਾਈ ਦਿਓ ਤੁਸੀਂ ਸੀਨੀਅਰ ਹੋ ਨਹੀਂ ਸੀਨੀਅਰ ਤਾਂ ਤੁਸੀਂ ਜੇ ਮੈਂ ਤਾਂ ਕਿ ਦੇ ਚੁੱਕਿਆ ਕਿ ਸਾਰੇ ਦਰਸ਼ਕਾਂ ਨੂੰ ਅਸੀਂ ਦਿਵਾਲੀ ਦੇ ਤਿਉਹਾਰ ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੇ ਰਹੇ ਹਾਂ ਔਰ ਇਹ ਤਿਉਹਾਰ ਪੂਰੇ ਹਿੰਦੁਸਤਾਨ ਚ ਮਨਾਇਆ ਜਾਂਦਾ ਔਰ ਪ੍ਰਵਾਸੀ ਭਾਰਤੀ ਵੀ ਇਹਦੇ ਵਿੱਚ ਸ਼ਾਮਲ ਹੁੰਦੇ ਆ ਅਮਰੀਕਾ ਵਿੱਚ ਵੀ ਇਹਦੀਆਂ ਬਹੁਤ ਬਹੁਤ ਤਿਆਰੀਆਂ ਹੋਈਆਂ ਨੇ ਔਰ ਸਾਰੇ ਘਰ ਸਜੇ ਨੇ ਸਵਾਰੇ ਨੇ ਔਰ ਦੀਪਮਾਲਾ ਹੋ ਰਹੀ ਆ ਔਰ ਚਾਰੇ ਪਾਸੇ ਲਾਈਟਾਂ ਜਮਗਾਰੀਆਂ ਨੇ ਅਸੀਂ ਚਾਹੁੰਦੇ ਆ ਕਿ ਮਠਿਆਈਆਂ ਵੀ ਖਾਓ ਮੂੰ ਮਿੱਠੇ ਵੀ ਕਰੋ ਔਰ ਹੱਸੋ ਗਾਓ ਨਚੋ ਤੇ ਪੰਗੜੇ ਪਾਓ ਤੇ ਖੁਸ਼ੀ ਮਨਾਓ ਦੀਵਾਲੀ ਦੇ ਇਸ ਮੁਬਾਰਕ ਮੌਕੇ ਤੇ ਇੱਕ ਦਿਨ ਵਾਸਤੇ ਨਾ ਮਠਿਆਈ ਖਾ ਲਈਓ ਪਰ ਡਾਕਟਰ ਨੂੰ ਪੁੱਛ ਲਈਓ ਪਰ ਜਿਹੜਾ ਇਹ ਕਹਿਣਾ ਨਾ ਯੂ نو ਕੈਲਰੀਜ਼ ਬਹੁਤ ਹੁੰਦੀਆਂ ਨੇ ਯੂ نو ਆਹ ਵਾਲੀ ਗੱਲ ਛੱਡ ਦਿਓ ਇੱਕ ਦਿਨ ਖਾ ਲਿਆ ਕਰੋ ਚੱਲਣਾ ਤੇ ਹਾਰਦਾ ਦੇਣਾ ਕੁਝ ਨਹੀਂ ਹੁੰਦਾ ਖੁਸ਼ੀਆਂ ਮਨਾਓ ਸੋ ਖੁਸ਼ੀਆਂ ਮਨਾਓ ਤੇ ਸਾਨੂੰ ਆਪਣੇ ਵਿਚਾਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮਿਲ ਯੂ ਐਸ ਏ ਟੀ ਵੀ ਸਬਸਕ੍ਰਾਈਬ ਕਰੋ ਸਸ ਸੱਚੀ ਗੱਲ ਜੀ